ਅਫਤੇ ਦੀ ਸ਼ੁਰੂਆਤ ਇਸ ਨਾਲ ਹੋਈ ਸੀ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਝਟਕਾ ਜਿਹਨੂੰ ਕਹਿੰਦੇ ਆ ਨਾ ਉਹ ਦਿੱਤਾ ਸੀ ਕਿ ਭਾਈ ਤੁਸੀਂ ਕਰਦੇ ਕੀ ਪਏ ਹੋ ਸੜਕਾਂ ਤੇ ਕਿਸਾਨ ਸੜਕਾਂ ਬੰਦ ਕਰੀ ਬੈਠੇ ਨੇ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਤੇ ਤੁਸੀਂ ਹੁਣ ਤੱਕ ਕੋਈ ਹੱਲ ਕਿਉਂ ਨਹੀਂ ਕੀਤਾ ਸੜਕਾਂ ਨੂੰ ਖਾਲੀ ਕਰਾਉਣ ਦਾ ਕਿਸਾਨਾਂ ਦੀ ਸਮੱਸਿਆ ਦਾ ਤੁਸੀਂ ਹੱਲ ਕਿਉਂ ਨਹੀਂ ਕੀਤਾ ਸਭ ਚੰਗਾ ਹੁੰਦਾ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਉਹ ਤੈਨੂੰ ਭੁੱਲ ਗਈ ਜਿਸ ਚੋਂ ਇੱਕ ਬੰਦਾ ਛਾਲ ਮਾਰ ਕੇ ਪਹਿਲੇ ਦਿਨ ਹੀ ਲਾंभੇ ਹੋ ਗਿਆ ਸੀ ਵਿੰਦਲ ਸਿੰਘ ਮਾਰ ਤੋ ਉਹ ਉਹਦੀ ਰਿਪੋਰਟ ਕਿੱਥੇ ਗਈ ਰਿਪੋਰਟ ਸਬਮਿਟ ਹੋਈ ਹੋਈ ਆ ਸੁਪਰੀਮ ਕੋਰਟ ਜੀ ਉਹ ਅਜੇ ਤੱਕ ਸਾਹਮਣੇ ਨਹੀਂ ਆਹੀ ਪਤਾ ਤਾਂ ਲੱਗੇ ਉਹਦੇ ਚ ਉਹਨਾਂ ਨੇ ਲਿਖਿਆ ਕੀ ਲਿਖਿਆ ਕੀ ਆ ਉਹ ਕਿਸਾਨਾਂ ਦੇ ਹੱਕ ਚ ਲਿਖਿਆ ਵਿਰੋਧ ਚ ਲਿਖਿਆ ਖੇਤੀ ਕਾਨੂੰਨਾਂ ਦੇ ਹੱਕ ਚ ਲਿਖਿਆ ਵਿਰੋਧ ਚ ਲਿਖਿਆ ਇਹ ਨਹੀਂ ਸਮਝ ਪੈਂਦੀ ਕਿ ਦੇ ਹਾਈ ਕੋਰਟ ਦੇ ਵਿੱਚ ਨਸ਼ੇ ਦੇ ਕੋਈ ਚਲੇਗੇ ਲਫਾਫੇ ਉਹ ਬੰਦ ਪਏ ਜਾਂਦੇ ਆ ਜੇ ਉੱਥੇ ਚਲੇਗੀ ਤਾਂ ਉਹ ਬੰਦ ਪਏ ਰਹਿੰਦੇ ਆ ਇਹ ਪਹਿਲਾ ਅੰਦੋਲਨ ਆ ਆਪਣੇ ਆਪ ਦੇ ਵਿੱਚ ਕਵੜੈ ਸਾਹਿਬ ਜਿਹਦੇ ਵਿੱਚ ਜਿਹੜੇ ਅੰਦੋਲਨਕਾਰੀ ਆ ਉਹਨਾਂ ਨੇ ਸੜਕ ਨਹੀਂ ਰੋਕੀ ਸੜਕ ਸਰਕਾਰਾਂ ਨੇ ਰੋਕੀ ਪਿਛਲੇ ਸਮੇਂ ਦੇ ਦੌਰਾਨ ਜੇ ਆਪਾਂ ਝਾਤੀ ਮਾਰੀਏ ਪੂਰੇ ਸਾਡੇ ਸਿਸਟਮ ਦੇ ਉੱਤੇ ਤੇ ਪੁਲਿਸ ਨੂੰ ਬੜੀ ਦੁਰਵਰਤੋਂ ਨਾਲ ਦੁਰਵਰਤੋਂ ਕੀਤੀ ਗਈ ਆ ਪੋਲਿਟਿਕਲ ਪਾਰਟੀਆਂ ਵੱਲੋਂ ਖਾਸ ਤੌਰ ਤੇ ਕਿ ਕਿਸੇ ਨੂੰ ਦਪਾਉਣਾ ਹੈ ਤਾਂ ਕੇਸ ਕਰ ਦਿਓ ਸ਼ਰਾਬ ਦਾ ਕੇਸ ਪਾ ਦਿਓ ਧੂੱਕੀ ਦਾ ਪਾ ਦਿਓ ਨਹੀਂ ਤੇ ਜੇ ਕਿਸੇ ਨੇ ਐਜੀਟੇਸ਼ਨ ਕੀਤੀ ਹੈ ਤੇ ਉੱਥੇ ਦੇਸ਼ ਆਪ ਆਪਣੇ ਬੰਦਿਆਂ ਵੱਲੋਂ ਨਾਅਰੇ ਲਵਾ ਦਿਓ ਤੇ ਕੇਸ ਜਿਹੜਾ ਉਹ ਫਿਰ ਦੂਸਰੇ ਪੰਨੂ ਸਾਹਿਬ ਤੇ ਪਾ ਦਿਓ ਜਾਂ ਵੜਾ ਤੇ ਪਾ ਦਿਓ ਜਿਹੜੇ ਚਾਰ ਬੰਦੇ ਉੱਥੇ ਹੋਰ ਖੜੇ ਉਹਨਾਂ ਤੇ ਪਾ ਦਿਓ ਪੀਰ ਕੋਟ ਨੇ ਗੱਲ ਕਹੀ ਹੈ ਕਿ ਸਰਕਾਰਾਂ ਜਦੋਂ ਰਜਿਮ ਬਦਲਦਾ ਹੈ ਤਾਂ ਉਸ ਤੋਂ ਬਾਅਦ ਫਿਰ ਸਰਕਾਰ ਆਪਣਾ ਪੋਲੀਟਿਕਲ ਵੈਂਡੇਟਾ ਕਰਦੀ ਹੈ ਇਹ ਆਪਾਂ ਪੰਜਾਬ 'ਚ ਤੇ ਵੇਖਿਆ ਹੀ ਹੈ ਬਾਕੀ ਵੀ ਸਾਰੇ ਜਿਹੜੇ ਉਹ ਮੁਲਕ ਦੇ ਵਿੱਚ ਕੋਟ ਨੇ ਇਹ ਗੱਲ ਕਹੀ ਕਿ ਜਿਹੜੇ ਪੁਲਿਸ ਅਫਸਰ ਹੁੰਦੇ ਆ ਉਹ ਤਾਂ ਸੀਐਮ ਦੇ ਕਹਿਣ ਦੇ ਕੁਝ ਨਾ ਕੁਝ ਕਰਦੇ ਆ ਆਪਣੇ ਆਪ ਨਹੀਂ ਕਰਦੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜਾਣ ਵਾਲੇ ਜਿਹੜੇ ਯਾਤਰੀ ਆ ਪਿਛਲੇ ਹਫਤੇ ਦੀ ਡਿਟੇਲ ਰਿਪੋਰਟ ਸੀਗੀ ਸਭ ਤੋਂ ਵੱਧ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਚੇਨ ਸਨੀਚਿੰਗ ਦੇ ਵਿੱਚ ਪਰਸ ਖੋਣ ਦੇ ਵਿੱਚ ਪੁਲਿਸ ਐ ਹੀ ਨਹੀਂ ਕਿਤੇ ਪੁਲਿਸ ਵੀਆਈਪੀ ਡਿਊਟੀਆਂ ਦੇ ਉੱਤੇ ਲੱਗੀ ਹੋਈ ਹੈ ਜੀ ਸਾਡੇ 4 ਸਾਲ ਸਰਕਾਰ ਦੇ ਪੂਰੇ ਹੋ ਗਏ ਆ ਸਰਕਾਰ ਨੇ ਹਾਲ ਤੱਕ ਕੁਝ ਨਹੀਂ ਕੀਤਾ ਖਬਰਾਂ ਉਸੇ ਤਰ੍ਹਾਂ ਆ ਰਹੀਆਂ ਨੇ ਔਰ ਰੋਜ਼ ਦਿਹਾੜੇ ਲੋਕਾਂ ਦੇ ਘਰ ਉਜੜ ਰਹੇ ਨੇ ਤੇ ਇਸ ਪ੍ਰਤੀ ਸਰਕਾਰਾਂ ਹਲੇ ਤੱਕ ਨਹੀਂ ਬੋਲੀਆਂ ਸਿੱਧੂ ਸਾਹਿਬ ਵੀ ਨਹੀਂ ਬੋਲੇ ਇੱਥੇ ਪਿਛਲੇ ਦਿਨਾਂ ਦੇ ਵਿੱਚ ਸਟਿੰਗ ਕੀਤਾ ਸੀ ਪਾਤਸ਼ੋ ਦੇ ਵਿੱਚ ਕੁਝ ਨੌਜਵਾਨਾਂ ਨੇ ਕੈਮਰੇ ਲਾ ਕੇ ਉਹਦੇ ਵਿੱਚ ਇੱਕ ਮੁੰਡਾ ਜਿਹੜਾ ਨਸ਼ਾ ਚਿੱਟਾ ਲਿਆਉਂਦਾ ਉਹਨਾਂ ਨੇ ਦਿਖਾਇਆ ਸੀਗਾ ਉਹਦੀ ਪਰਸੋ ਰਾਤ ਡੈਥ ਹੋ ਗਈ ਓਵਰਡੋਸ ਦੇ ਨਾਲ ਇਕੱਲਾ- ਇਕੱਲਾ ਮੁੰਡਾ ਸੀ ਆਪਿਆਂ ਦਾ 12 ਲੱਖ ਟਰਮਾਡੋਲ ਗੋਲੀ ਜਿਹੜੀ ਸੀਗੀ ਉਹ ਰੇਡ ਕਰਕੇ ਪੁਲਿਸ ਨੇ ਅੰਮ੍ਰਿਤਸਰ ਫੜੀ ਸੀ ਉਹ ਰੱਖ ਦਿੱਤੀ ਉੱਥੇ ਜਿੱਥੇ ਰੱਖਤੀ ਉਥੋਂ ਗਾਇਬ ਹੋ ਗਈ ਮਾਲਖਾਨੇ ਚੋਂ 12 ਲੱਖ ਟਰਮਾਡੋਲ ਗੋਲੀ ਸੀ ਹੁਣ ਅੱਛਾ ਜਦੋਂ ਹਾਈ ਕੋਰਟ ਨੇ ਇਹ ਦੇਖਿਆ ਵੀ ਇਸ ਕੇਸ ਦੇ ਵਿੱਚ ਐਨਡੀਪੀਐਸ ਬਣਦਾ ਸੀਗਾ ਐਨਡੀਪੀਐਸ ਲਾਇਆ ਕਿਉਂ ਨਹੀਂ ਉਹਨੇ ਚੁੱਕ ਕੇ ਜਿਹੜੀ ਉਹਦੀ ਤਫ਼ਤੀਸ਼ ਸੀ ਦਿੱਤੀ ਸੀ ਬੀਆਈ ਨੂੰ ਸੀਬੀਆਈ ਹੁਣ ਛਾਪੇਮਾਰੀ ਕਰ ਰਹੀ ਆ ਉਹ ਗੋਲੀਆਂ ਲੱਭਣ ਲਈ ਤੋ ਹੁਣ ਇਹ ਹੈ ਨਾ ਕਿ ਵੀ ਉਹ ਜੜਿਆ ਜੜੀਆਂ ਖੱਡਾਂ ਨੇ ਉਹਦੇ ਹੱਥ ਦੇ ਰਹੇ ਆ ਹੁਣ ਸੀਬੀਆਈ ਕਹਿੰਦੀ ਆ ਕਿ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਇੱਕ ਕੈਬਨਿਟ ਮੰਤਰੀ ਤੇ ਇੱਕ ਵਿਧਾਇਕ ਜੀ ਉਹਦਾ ਨਾਮ ਉਹਦੇ ਵਿਚ ਆ ਰਿਹਾ ਅੰਮ੍ਰਿਤਸਰ ਦਾ ਨਾਮ ਜੁੜਿਆ ਹੋਵੇ ਤੇ ਉਥੋਂ ਗਾਇਬ ਹੋ ਜੇ ਸਭ ਨੂੰ ਪਤਾ ਉਹ ਨਾਮ ਕੀ ਦਾ ਜਿਹੜੀ ਬੇਦਬੀ ਕਾਰਡ ਹੋਇਆ ਜੀ ਜਿਹੜੇ ਖੋਲ ਸੀਗੇ ਗੋਲੀਆਂ ਦੇ ਉਹ ਵੀ ਇਦਾਂ ਹੀ ਮਾਲ ਖਾਨੇ 'ਚ ਪਏ ਸੀ ਉਥੋਂ ਚੁੱਕ ਕੇ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਗਈ ਹੈ ਜੀ ਔਰ ਦੋ ਦੋ ਰਿਪੋਰਟਾਂ ਨੇ ਜਿਹੜੀਆਂ ਫੋਰੈਂਸਿਕ ਨੇ ਆ ਦੋਨੋਂ ਵੱਖਰੀਆਂ ਨੇ ਚਾਹੇ 81 ਮੈਂ ਬਣਨ ਤੋਂ ਬਾਅਦ ਪ੍ਰਧਾਨ ਫਿਰ ਕੰਮ ਖਿੱਚ ਦੇਣਾ ਤੇ ਹੁਣ ਤੇ ਉਹਨਾਂ ਨੇ ਕਹਿ ਵੀ ਦਿੱਤਾ ਵੀ ਜੇ ਮੇਰੀ ਗੱਲ ਨਾ ਮੰਨੀ ਤੇ ਫਿਰ ਮੈਂ ਏਟ ਨਾਲ ਏਟ ਖੜਕਾ ਦੇਣੀ ਆ ਤੁਸੀਂ ਸਿੱਟ ਦੀ ਕੋਈ ਸੁਣੀ ਆ ਮੁੜ ਕੇ ਉਸ ਤੋਂ ਬਾਅਦ ਪਰ ਗਾੜੀ ਵਾਲਾ ਸੈਟ ਹੋ ਗਿਆ ਸਿਟ ਡਾਊਨ ਹੋ ਗਈ ਨਸ਼ਿਆ ਵਾਲਾ ਵੀ ਹੋ ਗਿਆ ਨਸ਼ਿਆ ਵਾਲਾ ਵੀ ਹੋ ਗਿਆ ਸਾਰੇ ਮੁੱਦੇ ਹਾਂ ਤੁਸੀਂ ਦੇਖੋ ਬੱਸਾਂ ਦਾ ਇੱਕ ਵਾਰੀ ਨਿਕਲ ਲੱਗਿਆ ਸੀਗਾ ਉਹ ਹਾਈ ਕੋਰਟ ਦੇ ਵਿੱਚੋਂ ਜਦੋਂ ਵਾਪਸ ਲੈ ਲੈ ਕੇ ਉਹ ਕਿੱਥੇ ਖੜਾ ਜੀ ਇਹ ਉਡੀਕ ਕੀਤੀ ਜਾ ਰਹੀ ਹੈ ਨਾ ਕਿ ਕਦੋਂ ਚੋਣ ਦਾ ਆਪਤਾ ਲੱਗੇ ਤੇ ਕਦੋਂ ਸਾਡਾ ਖੜਾ ਇਹਦੇ ਤੋਂ ਛੁੱਟੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਤੁਸੀਂ ਦੇਖੋ ਬੋਡੀ ਲੈਂਗੁਏਜ ਬਦਲ ਗਈ ਹੈ ਵੀ ਸਾਡੇ 4 ਸਾਲੋਂ ਬਾਅਦ ਨਹੀਂ ਨਿਕਲਕ ਬੜੇ ਖਾਸ ਮੌਕਿਆਂ ਤੇ 3-4 ਵਾਰੀ ਔਰ ਕੋਵਿਡ ਦੇ ਦੌਰਾਨ ਤਾਂ ਬਿਲਕੁਲ ਹੀ ਨਹੀਂ ਨਿਕਲੇ ਹੋ ਹੁਣ ਵੇਖੋ ਉਹ ਰਜਿੰਦਰ ਕੌਰ ਪਟਲੋਣਾ ਦੇ ਘਰੇ ਵੀ ਚਲੇ ਗਏ ਉਹਨਾਂ ਦੇ ਨਾਲ ਛਾਦਾ ਕੱਪ ਸਾਂਝਾ ਕਰਕੇ ਆਏ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਿਲਕੁਲ ਟਾਂਡੇ ਦੀ ਟੱਕਰ ਸੀਗੀ ਉਹ ਸਿੱਧੂ ਸਾਹਿਬ ਕਹਿੰਦੇ ਮੈਂ ਇਟਨਾ ਇਟ ਖੜਕਾਉ ਮੈਂ ਤਾਂ ਕਹਿੰਦਾ ਵੀ ਇਟਨਾ ਇਟ ਕਿਦਣਾ ਖੜਕਾਉਣੀ ਆ ਅੰਮ੍ਰਿਤਸਰ ਨਾਲ ਖੜਕਾਉਣੀ ਆ ਪਟਿਆਲੇ ਨਾਲ ਖੜਕਾਉਣੀ ਆ ਚੰਡੀਗੜ੍ਹ ਨਾਲ ਖੜਕਾਉਣੀ ਆ ਦੇਹਰਾਦੂਨ ਨਾਲ ਖੜਕਾਉਣੀ ਆ ਤੇ ਦਿੱਲੀ ਨਾਲ ਖੜਕਾਉਣੀ ਆ ਉਹ ਕੰਨੀਆਂ ਤਾਂ ਥਾਵਾਂਗੀ ਆਬਰ ਸਰ ਤੋਂ ਜਿੱਤੇ ਇਹਨੇ ਪਟਿਆਲੇ ਹੋ ਰਹਿੰਦੇ ਆ ਚੰਡੀਗੜ੍ਹ ਰਾਜਤਾਨੀ ਆ ਦੇਹਰਾਦੂਨ ਰੀਸ਼ਰਾਵਤ ਨੇ ਤੇ ਦਿੱਲੀ ਉਹਨਾਂ ਦੀ ਹਾਈ ਕਮਾਂਡ ਆ ਹਾਂ ਕਿਹਦੀ ਇੱਟ ਨਾਲ ਇੱਟ ਜਿਹੜੀ ਆ ਉਹ ਖੜਕਾਉਣੀ ਆ ਜਿਹੜਾ ਪ੍ਰਧਾਨ ਆ ਪਾਰਟੀ ਦਾ ਉਹਦਾ ਕੰਮ ਆ ਪਾਰਟੀ ਕਾਰਡਰ ਨੂੰ ਕੰਟਰੋਲ ਕਰਨਾ ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਗਰਾਊਂਡ ਲੈਵਲ ਤੇ ਜਿਹੜੇ ਉਹ ਜਾ ਕੇ ਗੱਲ ਕਰਨੀ ਔਰ ਸਰਕਾਰ ਦੇ ਨਾਲ ਤਾਲਮੇਲ ਰੱਖਣਾ ਤਾਂ ਕਿ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਪਹੁੰਚਦੀਆਂ ਹਨ ਕਿਤੇ ਵਰਕਰਾਂ ਦੀ ਕੋਈ ਸਮੱਸਿਆ ਹੋਵੇ ਉਹ ਹੱਲ ਕਰਾਉਣੀ ਇੱਕ ਕੋਆਰਡੀਨੇਸ਼ਨ ਵਾਲੀ ਗੱਲ ਹੈ ਪਰ ਇੱਥੇ ਇੰਜ ਲੱਗ ਰਿਹਾ ਸੀ ਕਿ ਸਿੱਧੂ ਸਾਹਿਬ ਆਪਣੇ ਆਪ ਨੂੰ ਸਟੈਬਲਿਸ਼ ਇੰਜ ਕਰਨਾ ਚਾਹੁੰਦੇ ਸੀਗੇ ਕਿ ਉਹ ਇੱਕ ਵੱਖਰੀ ਸਰਕਾਰ ਹੈ ਉਹਨਾਂ ਦੀ ਪ੍ਰੋਗਰਾਮ ਵਾਰ ਸਤਵਾਰ ਲੈ ਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਾਡੇ ਨਾਲ ਨੇ ਬਲਤੇਜ ਸਿੰਘ ਪੰਨੂ ਪੰਨੂ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਇਹ ਹਫਤਾ ਸਾਰਾ ਹੀ ਪੰਨੂ ਸਾਹਿਬ ਖਬਰਾਂ ਦੇ ਨਾਲ ਉਤਪੋਤ ਰਿਆ ਖਬਰਾਂ ਮੀਡੀਆ ਬਾਕੀ ਸਾਰਾ ਭਰਿਆ ਰਿਆ ਲੇਕਿਨ ਅਸੀਂ ਕੁਝ ਉਹਨਾਂ ਖਾਸ ਮੁੱਦਿਆਂ ਦੇ ਉੱਤੇ ਚੁਣ ਕੇ ਤੁਹਾਡੇ ਨਾਲ ਗੱਲ ਕਰਾਂਗੇ ਪੰਨੂ ਸਾਹਿਬ ਉਹਦੇ ਉੱਤੇ ਟਿੱਪਣੀ ਕਰਨਗੇ ਜਿਨ੍ਹਾਂ ਦਾ ਸਾਡੇ ਸਮਾਜ ਤੇ ਸਾਡੇ ਆਪਣੇ ਜੀਵਨ ਤੇ ਔਰ ਸਾਡੇ ਆਲੇ ਦੁਆਲੇ ਉੱਤੇ ਅਸਰ ਪੈ ਰਿਹਾ ਬਹੁਤ ਖਬਰਾਂ ਹੁੰਦੀਆਂ ਨੇ ਪਰ ਸਾਰਿਆਂ ਦੇ ਉੱਤੇ ਗੱਲ ਨਹੀਂ ਕਰਨੀ ਬਣਦੀ ਸਿਰਫ ਉਹਨਾਂ ਤੇ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਸਾਨੂੰ ਸਾਰਿਆਂ ਨੂੰ ਕੋਈ ਫਰਕ ਪੈਂਦਾ ਵੈਸੇ ਤੇ ਬਹੁਤ ਕੁਝ ਵਾਪਰਦਾ ਹੈ ਕੁਝ ਖਬਰਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੋਕੀ ਐਵੇਂ ਹੀ ਚੁੱਕ ਲੈਂਦੇ ਨੇ ਤੇ ਫਿਰ ਉਹਨਾਂ ਦਾ ਨਿਕਲਦਾ ਕੁਝ ਨਹੀਂ ਉਹਦੇ ਨਾਲ ਕਿਸੇ ਨਾ ਕਿਸੇ ਦੀ ਪਬਲਿਸਿਟੀ ਹੁੰਦੀ ਹੈ ਕਿਸੇ ਦੇ ਕਿਸੇ ਨੈਗੇਟਿਵ ਜਾਂਦੀ ਹੈ ਸੋ ਉਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਮਾਜ ਵਿੱਚ ਆਪਾਂ ਉਹ ਮੁੱਦੇ ਅੱਗੇ ਲੈ ਕੇ ਆਈਏ ਜਿਨ੍ਹਾਂ ਨਾਲ ਪੂਰੇ ਸਮਾਜ ਦਾ ਕੋਈ ਨਾ ਕੁਝ ਭਲਾ ਹੁੰਦਾ ਮਨੂ ਸਾਹਿਬ ਇਸ ਵਾਰ ਹਫਤੇ ਦੀ ਸ਼ੁਰੂਆਤ ਇਸ ਨਾਲ ਹੋਈ ਸੀ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਝਟਕਾ ਜਿਹਨੂੰ ਕਹਿੰਦੇ ਆ ਨਾ ਉਹ ਦਿੱਤਾ ਸੀ ਵੀ ਭਾਈ ਤੁਸੀਂ ਕਰਦੇ ਕੀ ਪਏ ਹੋ ਸੜਕਾਂ ਤੇ ਕਿਸਾਨ ਸੜਕਾਂ ਬੰਦ ਕਰੀ ਬੈਠੇ ਨੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਤੇ ਤੁਸੀਂ ਹੁਣ ਤੱਕ ਕੋਈ ਹੱਲ ਕਿਉਂ ਨਹੀਂ ਕੀਤਾ ਸੜਕਾਂ ਨੂੰ ਖਾਲੀ ਕਰਾਉਣ ਦਾ ਕਿਸਾਨਾਂ ਦੀ ਸਮੱਸਿਆ ਦਾ ਤੁਸੀਂ ਹੱਲ ਕਿਉਂ ਨਹੀਂ ਕੀਤਾ ਇਸ ਦੇ ਨਾਲ ਹੀ ਹੁਣੇ ਬਿਲਕੁਲ ਹਫਤੇ ਦੇ ਅਖੀਰ ਦੇ ਵਿੱਚ ਇੱਕ ਹੋਰ ਟਿੱਪਣੀ ਸੁਪਰੀਮ ਕੋਰਟ ਨੇ ਕੀਤੀ ਕਿ ਸਰਕਾਰਾਂ ਜਦੋਂ ਬਦਲ ਜਾਂਦੀਆਂ ਨੇ ਦੂਸਰੀ ਪਾਰਟੀ ਆ ਜਾਂਦੀ ਹੈ ਤਾਂ ਉਸ ਵਕਤ ਫਿਰ ਸਰਕਾਰਾਂ ਜਿਹਨੂੰ ਪੋਲਿਟੀਕਲ ਵੈਂਡੇਟਾ ਕਹਿੰਦੇ ਆ ਬਦਲਾਖੋਰੂ ਰਾਜਨੀਤੀ ਕਹਿੰਦੇ ਆ ਉਹ ਕੱਢਣ ਲੱਗ ਪੈਂਦੀਆਂ ਨੇ ਫਿਰ ਪੁਲਿਸ ਅਫਸਰਾਂ ਤੇ ਰਾਜਨੀਤਿਕ ਲੀਡਰਾਂ ਤੇ ਦੂਸਰੇ ਲੋਕਾਂ ਦੇ ਉੱਤੇ ਕਈ ਕਿਸਮ ਦੇ ਕੇਸ ਦਰਜ ਕੀਤੇ ਜਾਂਦੇ ਆ ਜਿਦੇ ਵਿੱਚ ਦੇਸ਼ ਧਰੋਹ ਦੇ ਕੇਸ ਜਿਹੜੇ ਬੜੇ ਉਹ ਦਰਜ ਹੁੰਦੇ ਰਿਹਾ ਇਹ ਸਾਰਾ ਹਫਤਾ ਪੰਜਾਬ ਦੇ ਖਾਸ ਤੌਰ ਤੇ ਨਿਕਲਿਆ ਕਿ ਸਿੱਧੂ ਤੇ ਕੈਪਟਨ ਸਾਹਿਬ ਦੀ ਜੋ ਟਸ਼ਲ ਹੈ ਉਹ ਹੁਣ ਵਾਇਆ ਦੇਹਰਾਦੂਨ ਹੋ ਕੇ ਦਿੱਲੀ ਪਹੁੰਚੀ ਐ ਅੱਗੇ ਦਿੱਲੀ ਜਾਂਦੇ ਸੀ ਤੇ ਹੁਣ ਵਾਇਆ ਦੇਹਰਾਦੂਨ ਜਾਣਾ ਪੈ ਗਿਆ ਉਹਨਾਂ ਨੂੰ ਔਰ ਇਸ ਦੇ ਦਰਮਿਆਨ ਜੋ ਪਿਛਲੇ ਸਮੇਂ ਦੇ ਵਿੱਚ ਬੜੇ ਮੁੱਦੇ ਰਹੇ ਨੇ ਉਸੇ ਤਰ੍ਹਾਂ ਹੀ ਚੱਲਦੇ ਰਿਹਾ ਬੇਰੁਜ਼ਗਾਰ ਅਧਿਆਪਕਾਂ ਦੀ ਸਮੱਸਿਆ ਹੈ ਇਸੇ ਤਰ੍ਹਾਂ ਬੇਰੁਜ਼ਗਾਰ ਲੋਕਾਂ ਦੀ ਹੈ ਕਰਮਚਾਰੀ ਦੂਸਰੇ ਹੈ ਇਹ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪਰ ਪੰਨੂ ਸਾਹਿਬ ਮੈਨੂੰ ਲੱਗਦਾ ਸ਼ੁਰੂਆਤ ਆਪਾਂ ਉਸੇ ਹੀ ਕਰੀਏ ਕਿਸਾਨਾਂ ਅੰਦੋਲਨ ਤੋਂ ਕਿਉਂਕਿ ਦਸਵਾਂ ਮਹੀਨਾ ਸ਼ੁਰੂ ਹੋ ਚੁੱਕਿਆ 26 ਤਾਰੀਖ ਨੂੰ 26 ਨਵੰਬਰ ਤੋਂ ਬਾਅਦ ਵੈਸੇ ਤੇ ਸਾਲ ਤੋਂ ਉੱਪਰ ਹੋ ਚੁੱਕਿਆ ਪਰ ਦਿੱਲੀ ਦੇ ਬਰੂਹਾਂ ਤੇ ਬੈਠਿਆ ਸਾਲ ਜਿਹੜਾ 10 ਮਹੀਨੇ ਸ਼ੁਰੂ ਹੋ ਗਿਆ 10ਵਾਂ ਮਹੀਨਾ ਔਰ ਇਸ ਦੇ ਦਰਮਿਆਨ ਜਿੰਨਾ ਕੁਝ ਵਾਪਰਿਆ ਹੋਣ ਤੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਵੀ ਦੇ ਦਿੱਤਾ ਹੈ ਸੰਯੁਕਤ ਕਿਸਾਨ ਮੋਰਚੇ ਨੇ ਸੁਪਰੀਮ ਕੋਰਟ ਵੱਲੋਂ ਇੱਕ ਚੁਣਵੀ ਜੀ ਟਿੱਪਣੀ ਕਰਨੀ ਉਸ ਦੇ ਕੀ ਅਰਥ ਸਰਕਾਰ ਨੂੰ ਸਮਝਣੇ ਚਾਹੀਦੇ ਆ ਤੇ ਆਪਾਂ ਨੂੰ ਕੀ ਸਮਝਣੇ ਚਾਹੀਦੇ ਆ ਇਕ ਤਾਂ ਵੜਾ ਸਰਬ ਚੰਗਾ ਹੁੰਦਾ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਬਹੁਤ ਇਹਨੂੰ ਭੁੱਲ ਗਈ ਉਹ ਜਿਸ ਤੋਂ ਇੱਕ ਬੰਦਾ ਛਾਲ ਮਾਰ ਕੇ ਪਹਿਲੇ ਦਿਨੀ ਲੰਬੇ ਹੋ ਗਿਆ ਸੀ ਭਿੰਦਰ ਸਿੰਘ ਮਾਨ ਤੋਂ ਉਹ ਉਹਦੀ ਰਿਪੋਰਟ ਕਿੱਥੇ ਗਈ ਰਿਪੋਰਟ ਸਬਮਿਟ ਹੋਈ ਹੋਈ ਆ ਸੁਪਰੀਮ ਕੋਰਟ ਜੀ ਉਹ ਅਜੇ ਤੱਕ ਸਾਹਮਣੇ ਨਹੀਂ ਆਈ ਪਤਾ ਤਾਂ ਲੱਗੇ ਉਹਦੇ ਚ ਉਹਨਾਂ ਨੇ ਲਿਖਿਆ ਕੀ ਆ ਲਿਖਿਆ ਕੀ ਆ ਉਹ ਕਿਸਾਨਾਂ ਦੇ ਹੱਕ ਚ ਲਿਖਿਆ ਵਿਰੋਧ ਚ ਲਿਖਿਆ ਖੇਤੀ ਕਾਨੂੰਨਾਂ ਦੇ ਹੱਕ ਚ ਲਿਖਿਆ ਵਿਰੋਧ ਚ ਲਿਖਿਆ ਇਹ ਨਹੀਂ ਸਮਝ ਪੈਂਦੀ ਕਿ ਜੇ ਹਾਈ ਕੋਰਟ ਦੇ ਵਿੱਚ ਨਸ਼ੇ ਦੇ ਕੋਈ ਚਲੇਗੇ ਲਫਾਫੇ ਉਹ ਬੰਦ ਪਏ ਜਾਂਦੇ ਆ ਜੇ ਉੱਥੇ ਚਲੇਗੀ ਤਾਂ ਉਹ ਬੰਦ ਪਏ ਰਹਿੰਦੇ ਆ ਜਿਹੜੀ ਟਿੱਪਣੀ ਸੁਪਰੀਮ ਕੋਰਟ ਨੇ ਇਹਦੇ ਵਿੱਚ ਕਿਸਾਨਾਂ ਦੇ ਬਾਰੇ ਦੇ ਵਿੱਚ ਕੀਤੀ ਆ ਕਿ ਤੁਸੀਂ ਉਹ ਸਮਝੌਤਾ ਕਰੋ ਕਿਸੇ ਤਰੀਕੇ ਨਾਲ ਨਬੇੜੋ ਉਹਨੂੰ ਸਮਝੌਤਾ ਤਾਂ ਨਬੇੜੋ ਜਿਹੜਾ ਉਹਨੂੰ ਕਿਸੇ ਤਰੀਕੇ ਨਾਲ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਅਹਿਮ ਟਿੱਪਣੀ ਕੀਤੀ ਆ ਕਿ ਕਿਸਾਨਾਂ ਨੂੰ ਐਜੀਟੇਸ਼ਨ ਕਰਨ ਦਾ ਹੱਕ ਹੈ ਇਹ ਲਗਾਤਾਰ ਤੀਸਰੀ ਵਾਰੀ ਹੈ ਜਦੋਂ ਸੁਪਰੀਮ ਕੋਰਟ ਨੇ ਐਜੀਟੇਸ਼ਨ ਦੇ ਬਾਰੇ ਵਿੱਚ ਟਿੱਪਣੀ ਕੀਤੀ ਆ ਇਦੇ ਵਿੱਚ ਰਾਜਾਂ ਨੂੰ ਆਖਿਆ ਗਿਆ ਕਿ ਤੁਸੀਂ ਕਰੋ ਉੱਤਰ ਪ੍ਰਦੇਸ਼ ਆ ਹਰਿਆਣਾ ਉਹਦੇ ਵਿੱਚ ਉਹ ਇਸ ਕਰਕੇ ਆ ਇਹ ਪਹਿਲਾ ਅੰਦੋਲਨ ਆ ਆਪਣੇ ਆਪ ਦੇ ਵਿੱਚ ਵੜੈ ਸਾਹਿਬ ਜਿਹਦੇ ਵਿੱਚ ਜਿਹੜੇ ਅੰਦੋਲਨਕਾਰੀ ਆ ਉਹਨਾਂ ਨੇ ਸੜਕ ਨਹੀਂ ਰੋਕੀ ਸੜਕ ਸਰਕਾਰਾਂ ਨੇ ਰੋਕੀ ਸਰਕਾਰਾਂ ਨੇ ਰੋਕੀ ਬਿਲਕੁਲ ਜਿਹੜਾ ਹਰਿਆਣਾ ਦੇ ਵਿੱਚ ਵੀ 8-8 ਫੁੱਟ 10-10 ਫੁੱਟ ਡੂੰਘੇ ਟੋਏ ਪੱਟੇ ਗਏ ਵੱਡੀਆਂ ਰੋਕਾਂ ਰੱਖੀਆਂ ਗਈਆਂ ਜਿਨ੍ਹਾਂ ਨੂੰ ਅਲੰਘ ਕੇ ਜਿਹੜਾ ਸੀ ਉਹ ਕਿਸਾਨ ਉੱਥੋਂ ਤੱਕ ਪਹੁੰਚੇ ਇੰਟਰਨੈਸ਼ਨਲ ਪੱਧਰ ਦੇ ਤੇ ਇੰਟਰਨੈਸ਼ਨਲ মিডিਏ ਦੇ ਵਿੱਚ ਵੱਡੀਆਂ ਕੰਦਾ ਨੁਕੀਲੀਆਂ ਚੀਜ਼ਾਂ ਕੰਡੇ ਵਾਲੀਆਂ ਤਾਰਾਂ ਪਾਣੀ ਵੱਡੇ ਵੱਡੇ ਟਿੱਪਰ ਜਿਹੜੇ ਖੜੇ ਕੀਤੇ ਹੋਏ ਸਾਰੇ ਦੇਖੇ ਨੇ ਕਿ ਉਹ ਕਿਵੇਂ ਖੜੇ ਕੀਤੇ ਹੋਏ ਨੇ ਰਾਜ ਸਰਕਾਰਾਂ ਨੇ ਦਿੱਲੀ ਦੀ ਪੁਲਿਸ ਨੇ ਖੜੇ ਕੀਤੇ ਨੇ ਹਰਿਆਣੇ ਨੇ ਖੜੇ ਕੀਤੇ ਨੇ ਉੱਤਰ ਪ੍ਰਦੇਸ਼ ਨੇ ਖੜੇ ਕੀਤੇ ਨੇ ਦਿੱਲੀ ਦੀ ਪੁਲਿਸ ਸੈਂਟਰ ਦੇ ਅੰਡਰ ਆ ਕਿਉਂਕਿ ਉਹ ਉਹ ਸੈਂਟਰ ਦੇ ਵਾਹ ਜਿਹੜਾ ਆ ਜਾਂਦਾ ਇਹ ਟਿੱਪਣੀ ਬੜੀ ਅਹਮ ਹੈ ਇਸ ਪੱਖੋਂ ਕਿ ਉਹ ਇਸੇ ਕਰਕੇ ਰਾਜ ਸਰਕਾਰਾਂ ਨੂੰ ਕਿਹਾ ਕਿਉਂਕਿ ਇਹ ਗੱਲ ਸੁਪਰੀਮ ਕੋਰਟ ਦੇ ਜਿਹੜੀ ਨੋਟਿਸ ਦੇ ਵਿੱਚ ਹੈ ਕਿ ਜਿਹੜੀ ਰਾਹ ਆ ਜਿਹੜਾ ਉਹ ਕਿਸਾਨਾਂ ਨੇ ਨਹੀਂ ਰੋਕਿਆ ਤੁਸੀਂ ਦੇਖਿਆ ਹੋਣਾ ਉਹ ਚਾਹੇ ਇੰਡਸਟਰੀ ਵਾਲੇ ਨੇ ਚਾਹੇ ਪਿੰਡਾਂ ਵਾਲੇ ਨੇ ਸਰਕਾਰ ਕਰਾਉਂਦੀ ਰਹਿੰਦੀ ਆ ਕੁਛ ਨਾ ਕੁਛ ਬੰਦੇ ਇਕੱਠੇ ਕਰ ਲੈ ਸਾਡਾ ਰਾਹ ਰੋਕਿਆ ਹੋਇਆ ਜੀ ਉਹ ਉਹ ਕਿਉਂ ਨਹੀਂ ਗਾ ਵਧ ਰਹੀ ਜਿਹੜੀ ਚੀਜ਼ ਉਹ ਲੋਕ ਵੀ ਜਾਣਦੇ ਲੋਕ ਵੀ ਜਾਣਦੇ ਕਿ ਕਿਸਾਨਾਂ ਨੇ ਰਾਹ ਨਹੀਂ ਰੋਕਿਆ ਜੀ ਰਾਹ ਜਿਹੜਾ ਉਹ ਸਰਕਾਰਾਂ ਨੇ ਐ ਰੁਕਿਆ ਹੋਇਆ ਕਿਸਾਨਾਂ ਦਾ ਰਾਹ ਸਰਕਾਰਾਂ ਨੇ ਰੁਕਿਆ ਸੀ ਕਿਸਾਨ ਤਾਂ ਕਹਿੰਦੇ ਸੀ ਸਾਨੂੰ ਅਸੀਂ ਜੰਤਰ ਮੰਤਰ ਜਾਣਾ ਹੈ ਜੰਤਰ ਮੰਤਰ ਜਾਣਾ ਹੈ ਤੇ ਤੁਸੀਂ ਜਾਣ ਦਿੰਦੇ ਉਹਨਾਂ ਨੂੰ ਆਪੇ ਸੜਕਾਂ ਚੱਲਦੀਆਂ ਰਹਿੰਦੀਆਂ ਮੇਰਾ ਖਿਆਲ ਇੰਨੀ ਗੱਲ ਹੀ ਨਹੀਂ ਸੀ ਹੋਣੀ ਉਹਨਾਂ ਨੇ 2 ਦਿਨ ਬਾਅਦ ਮੁੜੇ ਹੋਣਾ ਸੀ ਮੁੜ ਆਉਂਦੇ 2 ਦਿਨ ਉੱਤੇ ਉਹਨਾਂ ਨੇ 2 ਦਿਨ ਦੇ ਕੀਤਾ ਸੀ 2 ਦਿਨ ਤਾਂ ਕੀਤਾ ਸੀ 26 ਤੇ 27 ਦਾ ਹੀ ਕੀਤਾ ਸੀ ਇਹ ਤਾਂ ਸਰਕਾਰ ਨੇ ਉਹਨਾਂ ਨੂੰ ਮਜਬੂਰ ਕਰਤਾ ਇਹਨਾਂ ਨੇ ਕਿਹਾ ਵੀ ਜਿੱਥੇ ਕਹੋਗੇ ਉਸ ਤੇ ਉੱਥੇ ਬੈਠ ਉਹ ਕਹਿੰਦੇ ਆ ਸਾਨੂੰ ਹੁਣ ਜਾ ਲੈਣ ਦਿਓ ਅਸੀਂ ਹੁਣ ਵੀ ਉੱਥੇ ਜਾਣ ਨੂੰ ਤਿਆਰ ਆ ਜਾਣ ਦਿਓ ਪਰ ਸਰਕਾਰ ਨੂੰ ਪਤਾ ਹੈ ਕਿ ਜੇ ਉੱਥੇ ਚਲੇ ਗਏ ਤੇ ਸਰਕਾਰ ਲਈ ਬੜੀ ਵੱਡੀ ਸਮੱਸਿਆ ਬਣ ਜਾਣੀ ਆ ਵਾਕੇ ਹੁਣ ਵੀ ਵੈਸੇ ਵੱਡੀ ਸਮੱਸਿਆ ਆ ਪਰ ਇੱਕ ਗੱਲ ਹੈ ਕਿ ਸਰਕਾਰ ਜਿੰਨਾ ਇਹਨੂੰ ਡਿਲੇ ਕਰਨਾ ਚਾਹੁੰਦੀ ਸੀ ਵੀ ਇਹ ਡਿਲੇ ਹੋਣ ਦੇ ਨਾਲ ਕਿਸਾਨ ਜਿਹੜੇ ਆ ਉਹ ਭੱਜ ਜਾਣਗੇ ਇਹ ਖੇਰੂ ਖੇਰੂ ਹੋ ਜਾਊਗਾ ਸਰਕਾਰ ਨੂੰ ਹੁਣ ਇਸ ਗੱਲ ਦਾ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਇਹ ਖੇਰੂ ਖੇਰੂ ਹੋਣ ਵਾਲਾ ਨਹੀਂ ਇਹ ਤੇ ਬਲਕਿ ਇੰਨਾ ਯੂਨਾਈਟ ਹੋ ਗਿਆ ਇੰਨਾ ਇਕੱਠਾ ਹੋ ਗਿਆ ਕਿ ਹੁਣ ਜਿਹੜਾ 26 ਤਰੀਕ ਦਾ ਇਹਨਾਂ ਨੇ 27 ਹਾਂਜੀ 25 ਸਤੰਬਰ ਦਾ ਦਿੱਤਾ ਹੈ ਬੰਦ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਚੈਲੰਜ ਹੈ। ਔਰ ਉਸ ਇਸ ਬੰਦ ਦੇ ਵਿੱਚ ਕੁਝ ਨਵੀਂ ਕਿਸਮ ਉਹ ਕਰਨੀ ਚਾਹੁੰਦੇ ਆ ਕਿਸਾਨ ਯੂਨੀਅਨ ਜਿਹੜੀਆਂ ਨੇ ਤਾਂ ਕਿ ਪਤਾ ਲੱਗ ਸਕੇ ਪ੍ਰੈਸ਼ਰ ਜਿਹੜਾ ਉਹ ਬਣ ਸਕੇ। ਐ ਐਕਚੁਅਲੀ ਤਾਂ ਜਿਹੜਾ ਸਰਕਾਰ ਨੂੰ ਜਾਂ ਉੱਤਰ ਪ੍ਰਦੇਸ਼ ਨੂੰ ਪਤਾ 5 ਸਤੰਬਰ ਨੂੰ ਲੱਗ ਜਾਣਾ। ਜਿਹੜੀ ਮੁਜ਼ਫਰਾਬਾਦ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ ਉਹਦਾ ਹੀ ਪਤਾ ਲੱਗ ਜਾਣਾ ਕਿਉਂਕਿ ਜਿਹੜੇ ਲੋਕ ਪੱਛਮੀ ਬੰਗਾਲ ਚ ਪਹੁੰਚ ਗਏ ਸੀ ਉਹ ਏਡੀ ਦੂਰੇ ਤਾਂ ਗਵਾਂਡ ਚ ਬਿਲਕੁਲ ਤਾਂ ਇੱਥੋਂ ਉੱਠ ਕੇ ਜਿਹੜੀਆਂ ਖਾ ਪੰਚਾਇਤਾਂ ਨੇ ਇਹਨਾਂ ਕੋ ਉੱਥੇ ਇਕੱਠ ਹੋ ਜਾਣਾ ਤੁਸੀਂ ਦੇਖਣਾ ੜੈ ਸਾਹਿਬ ਔਰ ਜਿਹੜੀ ਕਾਨਫਰੰਸ ਦੋ ਦਿਨਾਂ ਦੀ ਹੋਈ ਹੈ ਨਾ ਜਿਹੜੀ ਤੁਸੀਂ ਗੱਲ ਆਖੀ ਹੈ ਉਹ ਬਿਲਕੁਲ ਠੀਕ ਹੈ 25 ਸਤੰਬਰ ਵਾਲੀ ਉਹ ਇਸ ਪੱਖੋਂ ਠੀਕ ਹੈ ਉਹਦੇ ਵਿੱਚ ਟ੍ਰੇਡ ਯੂਨੀਅਨਾਂ ਸਿਰਫ ਉਹ ਤੇ ਜੀ ਕਿਸਾਨ ਨਹੀਂ ਸੀਗੇ ਟ੍ਰੇਡ ਯੂਨੀਅਨਸ ਔਰਗੇਨਾਈਜੇਸ਼ਨ ਸਟੂਡੈਂਟਸ ਔਰਗੇਨਾਈਜੇਸ਼ਨ ਜਿਹੜੀਆਂ ਸੀਗੀਆਂ ਉਹ ਸਾਰਿਆਂ ਨੇ ਛੋਟੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੇ 2000 ਡੈਲੀਗੇਟ ਸੀਗੇ ਜੀ ਇਹਦੇ ਵਿੱਚ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ ਰਿਪਰੈਜ਼ੈਂਟੇਟਿਵ ਸੀ ਉਹਨਾਂ ਦੇ ਉਹਨਾਂ ਦੇ ਸਾਰੇ ਜੱਤੇ ਪੰਡੀਆਂ ਦੇ ਹਾਂਜੀ ਉਹਨਾਂ ਜੱਤੇ ਇਹ ਬੜਾ ਬੜਾ ਵੱਡਾ ਨੰਬਰ ਹੈ ਔਰ ਜਿਹੜਾ ਅਵੜਾ ਸਾਹਿਬ ਆ ਇੱਕ ਦਿਨ ਗੱਲ ਪਹਿਲਾਂ ਵੀ ਕੀਤੀ ਸੀ ਕਿ ਜਿਹੜਾ ਇਹਨਾਂ ਨੇ ਮਤਵਾਜੀ ਸੰਸਦ ਚਲਾਈ ਹੈ ਨਾ ਮਤਵਾਜੀ ਉਰਦੂ ਦਾ ਲਫਜ਼ ਹੈ ਬਰਾਬਰ ਦੇ ਉਹ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਮਿਸਾਲ ਹੈ ਮੈਨੂੰ ਨਹੀਂ ਪਤਾ ਕਿ ਉਹਦੀ ਕਾਰਵਾਈ ਜਿਹੜੀ ਕਿਉਂਕਿ ਬੜੀ ਕਮਾਲ ਦੇ ਉਹਦੇ ਵਿੱਚ ਪੁਆਇੰਟ ਉਠਾਏ ਗਏ ਵੀ ਇਹ ਪਤਾ ਨਹੀਂ ਜੱਥੇਬੰਦੀਆਂ ਤੱਕ ਮੈਸੇਜ ਪਹੁੰਚਦਾ ਕਿ ਨਹੀਂ ਪਹੁੰਚਦਾ ਕਿਸੇ ਟਾਈਮ ਮੇਲ ਹੋਇਆ ਯੂਨੀਵਰਸਿਟੀ 'ਚ ਇੱਕ ਫੰਕਸ਼ਨ ਹੋਣਾ ਉੱਥੇ ਆਉਣਾ ਉਹਨਾਂ ਨੇ ਮੈਂ ਜ਼ਰੂਰ ਉਹਨਾਂ ਨੂੰ ਆਖੂਗਾ ਕਿ ਇਹਨੂੰ ਕਿਤਾਬਚੇ ਦਾ ਰੂਪ ਦਿੱਤਾ ਜਾਵੇ ਕਿਉਂਕਿ ਇਤਿਹਾਸ ਬਣਨੀਆਂ ਨੇ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜੀਆਂ ਅਗਲੀਆਂ ਪੀੜ੍hiyan ਹੋਣਗੀਆਂ ਉਹ ਇਹਦੇ ਉੱਤੇ ਸਟੱਡੀ ਕਰਨਗੀਆਂ ਇਸ ਚੀਜ਼ ਦੇ ਉੱਤੇ ਕਿ ਇੰਨਾ ਲੰਮਾ ਅੰਦੋਲਨ ਕਿਉਂ ਚੱਲਿਆ ਜਿਵੇਂ ਤੁਸੀਂ ਕਹੇ ਕਿ ਸਰਕਾਰ ਨੇ ਆਪ ਡਿਲੇ ਕਰ ਲਿਆ ਅਜੇ ਵੀ ਚੱਲ ਰਿਹਾ ਹੈ ਪਤਾ ਨਹੀਂ ਕਦੋਂ ਖਤਮ ਹੋਣਾ ਜਦੋਂ ਪੰਜਾਬ 'ਚ ਬੈਠੇ ਸੀਗੇ ਕਿਸਾਨ ਜੇ ਬੜੈਤ ਸਾਹਿਬ ਉਦੋਂ ਸੱਦ ਲਏ ਜਾਂਦੇ ਤੇ ਜਿੰਨੀਆਂ ਇਹ ਤਰਮੀਮਾਂ ਕਰਨ ਲਈ ਤਿਆਰ ਨੇ ਹੁਣ ਉਹਨੀਆਂ ਤਾਂ ਉਦੋਂ ਕਰਨੀਆਂ ਹੀ ਨਹੀਂ ਸੀ ਪੈਣੀਆਂ ਇਹ ਜਾਣ ਪੁੱਝ ਕੇ ਇਹਨਾਂ ਨੇ ਡਿਲੇ ਕਰ ਕਰਕੇ ਖੁਦ ਆਪਣੇ ਗਲ ਪਵਾਇਆ ਸਾਰਾ ਅੰਦੋਲਨ 'ਚ ਸੋ ਇਹ ਹੈ ਕਿ ਸਰਕਾਰ ਨੂੰ ਹਲੇ ਵੀ ਸਮਾਂ ਹੈ ਕਿ ਉਹ ਕਿਸਾਨਾਂ ਦੇ ਨਾਲ ਜੇ ਗੱਲ ਸ਼ੁਰੂ ਕਰ ਲੈਂਦੀ ਕਿਸਾਨ ਤਾਂ ਤਿਆਰ ਬੈਠੇ ਹੋਏ ਆ ਔਰ ਦੂਸਰੇ ਪਾਸੇ ਚੋਣਾਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਲੱਗ ਰਿਹਾ ਹੈ ਕਿ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਹੈਗੀ ਆ ਆਸ ਲੱਗਦੀ ਹੈ ਕਿ ਜਲਦੀ ਗੱਲਬਾਤ ਸ਼ੁਰੂ ਹੋਏਗੀ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਤਾਂ ਗੱਲਬਾਤ ਜ਼ਰੂਰ ਸ਼ੁਰੂ ਹੋਏਗੀ ਨਿਪਟ ਵੀ ਜਾਊਗੀ ਮੈਨੂੰ ਲੱਗਦਾ ਜੀ ਜਿਹੜੇ ਅਦਰੂਨੀ ਸੂਤਰ ਨੇ ਉਹ ਕੁਝ ਦੱਸ ਰਹੇ ਆ ਕਿਉਂਕਿ ਗੱਲ ਉਹੀ ਫੇਰ ਆ ਜਾਂਦੀ ਹੈ ਜੇ ਕੋਈ ਕਸਰ ਨਾ ਲੱਗਦੀ ਤਾਂ 5 ਸਤੰਬਰ ਨੂੰ ਨਿਕਲ ਜਾਣੀ ਆ ਤੁਸੀਂ ਦੇਖਿਓ ਹੁਣ ਤਾਂ ਇਹ ਵੀ ਪਤਾ ਲੱਗਿਆ ਵੀ ਕਿਸਾਨ ਵੀ ਥੋੜਾ ਜਿਆ ਰੁਖ ਬਦਲਣ ਨੂੰ ਤਿਆਰ ਹੋਏ ਹੋਇਆ ਕਿ ਠੀਕ ਹੈ ਟੇਬਲ ਤੇ ਬੈਠੋ ਆਓ ਗੱਲ ਕਰੋ ਦੇਖਦੇ ਆ ਸਾਡੀਆਂ ਜਥੇਬੰਦੀਆਂ ਮੰਨਦੀਆਂ ਨੇ ਅਗਰ ਉਸ ਦੇ ਉੱਤੇ ਤੇ ਸ਼ਾਇਦ ਗੱਲ ਕਿਤੇ ਜੜੀ ਨਿਬੜ ਜਾਏਗੀ ਇਸ ਦੇ ਨਾਲ ਹੀ ਆਪਾਂ ਗੱਲ ਕਰਨੀ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜੇ ਆਪਾਂ ਛਾਤੀ ਮਾਰੀਏ ਪੂਰੇ ਸਾਡੇ ਸਿਸਟਮ ਦੇ ਉੱਤੇ ਤੇ ਪੁਲਿਸ ਨੂੰ ਬੜੀ ਦੁਰਵਰਤੋਂ ਨਾਲ ਦਰਵਰਤੋਂ ਕੀਤੀ ਗਈ ਹੈ ਪੋਲਿਟিক্যাল ਪਾਰਟੀਆਂ ਵੱਲੋਂ ਖਾਸ ਤੌਰ ਤੇ ਵੀ ਕਿਸੇ ਨੂੰ ਦਬਾਉਣਾ ਹੈ ਤਾਂ ਕੇਸ ਕਰ ਦਿਓ ਸ਼ਰਾਬ ਦਾ ਕੇਸ ਪਾ ਦਿਓ ਭੁੱਕੀ ਦਾ ਪਾ ਦਿਓ ਨਹੀਂ ਤੇ ਜੇ ਕਿਸੇ ਨੇ ਐਜੀਟੇਸ਼ਨ ਕੀਤੀ ਹੈ ਤੇ ਉੱਥੇ ਦੇਸ਼ ਆਪਨੇ ਬੰਦਿਆਂ ਵੱਲੋਂ ਨਾਅਰੇ ਲਵਾ ਦਿਓ ਤੇ ਕੇਸ ਜਿਹੜਾ ਉਹ ਫਿਰ ਦੂਸਰੇ ਪੰਨੂ ਸਾਹਿਬ ਤੇ ਪਾ ਦਿਓ ਜਾਂ ਵੜਾ ਇਥੇ ਪਾ ਦਿਓ ਜਿਹੜੇ ਚਾਰ ਬੰਦੇ ਉੱਥੇ ਹੋਰ ਖੜੇ ਉਹਨਾਂ ਤੇ ਪਾ ਦਿਓ ਇਹਦੇ ਉੱਤੇ ਸੁਪਰੀਮ ਕੋਰਟ ਨੇ ਬਹੁਤ ਸਖਤ ਟਿੱਪਣੀ ਕੀਤੀ ਹੈ ਔਰ ਸੱਚਮੁੱਚ ਉਹ ਚਰਚਾ ਕਰਨ ਵਾਲੀ ਇਸ ਕਰਕੇ ਆ ਕੇ ਪੁਲਿਸ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਸਰਕਾਰਾਂ ਜਦੋਂ ਰਜਿਮ ਬਦਲਦਾ ਤਾਂ ਉਸ ਤੋਂ ਬਾਅਦ ਫਿਰ ਸਰਕਾਰ ਆਪਣਾ ਪੋਲੀਟੀਕਲ ਵੈਂਡੇਟਾ ਕਰਦੀ ਹੈ ਇਹ ਆਪਾਂ ਪੰਜਾਬ 'ਚ ਤੇ ਵੇਖਿਆ ਹੀ ਹੈ ਬਾਕੀ ਵੀ ਸਾਰੇ ਜਿਹੜੇ ਉਹ ਮੁਲਕ ਦੇ ਵਿੱਚ ਛੱਤੀਸਗੜ੍ਹ ਦੀ ਉੱਥੇ ਕੇਸ ਪਹੁੰਚਿਆ ਉੱਥੇ ਏ ਡੀ ਜੀ ਪੀ ਅੱਜਕੱਲ ਸਸਪੈਂਡ ਨੇ ਗੁਰਜਿੰਦਰ ਪਾਲ ਸਿੰਘ ਉਹਨਾਂ ਦੇ ਉੱਤੇ ਕੇਸ ਪਾਇਆ ਹੋਇਆ 124 ए ਦੇ ਤਹਿਤ ਦੇਸ਼ ਧਰੋਦਾ ਤੇ ਉਹਨਾਂ ਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਫਿਰ ਹਾਈ ਕੋਰਟ ਨੇ ਤਾਂ ਰੱਦ ਕਰਤਾ ਤੇ ਫਿਰ ਸੁਪਰੀਮ ਕੋਰਟ ਪਹੁੰਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਜਿਹੜੇ ਪੁਲਿਸ ਅਫਸਰ ਹੁੰਦੇ ਆ ਉਹ ਤਾਂ ਸੀਐਮ ਦੇ ਕਹਿਣ ਦੇ ਕੁਝ ਨਾ ਕੁਝ ਕਰਦੇ ਆ ਆਪਣੇ ਆਪ ਨਹੀਂ ਕਰਦੇ ਠੀਕ ਆ ਕਈ ਕੇਸ ਇਹੋ ਜਿਹੇ ਹੋਣਗੇ ਪਰ ਉਹਨਾਂ ਨੇ ਪੁਲਿਸ ਵਾਲਿਆਂ ਦਾ ਬਚਾਓ ਕਰਦਿਆਂ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਆ ਚੁੱਕੀਆਂ ਨੇ ਇਹ ਚਿੰਤਾ ਦਾ ਵਿਸ਼ਾ ਹੈ ਔਰ ਇਹਦੇ ਉੱਤੇ ਸੋਚਣ ਵਾਲੀ ਗੱਲ ਹੈ ਇਹਦੇ ਨਾਲ ਹੀ ਦੂਸਰੀ ਗੱਲ ਹੈ ਪੁਲਿਸ ਕਸਟਡੀ ਦੀ ਪੰਨੂ ਸਾਹਿਬ ਕਿ ਪੁਲਿਸ ਕਸਟਡੀ ਵਿੱਚ ਸਾਡਾ ਪੰਜਾਬ ਵੀ ਜੇ ਗਲਤੀ ਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਯੂਪੀਆ ਦੂਜੇ ਤੇ ਤਾਮਿਲਨਾਡੂ ਹੈ ਤੇ ਤੀਜੇ ਤੇ ਅਸੀਂ ਆ ਪੁਲਿਸ ਕਸਟਡੀ ਦੀਆਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਘਟਨਾਵਾਂ ਹੋਈਆਂ ਜਿੱਥੇ ਔਰ ਖਾਸ ਤੌਰ ਤੇ ਇਹਦੇ ਵਿੱਚ ਨਾ ਗਰੀਬ ਲੋਕ ਔਰ ਦਲਿਤ ਪਰਿਵਾਰ ਦੇ ਬਹੁਤ ਜਿਹੜੀਆਂ ਘਟਨਾਵਾਂ ਜਿਹੜੀਆਂ ਬਲਵੰਤ ਸਿੰਘ ਮਲਤਾਨੀ ਮਾਮਲਾ ਇਹੀ ਹੈ ਮਾਮਲਾ ਇਹੀ ਹੈ ਸਾਡਾ ਜੀ ਬਿਲਕੁਲ ਇਹ ਮਤਲਬ ਕਿ ਇਸ ਤਰ੍ਹਾਂ ਦੇ ਲੋਕ ਵੀ 3 ਡਿਗਰੀ ਤਸ਼ੱਦਦ ਕਰਕੇ ਮਾਰੇ ਗਏ ਆ ਬੜਾ ਸਾਹਿਬ ਜਿਹੜੇ ਜਿਹੜੀ ਪੁਲਿਸ ਹੈ ਉਹ ਇਸ ਕਰਕੇ ਇਹਦੇ ਵਿੱਚ ਕਸੂਰਵਾਰ ਆ ਕਿ ਜਿਹੜੀ ਰਾਜਨੀਤਿਕ ਉਹ ਪੰਜਾਲੀ ਦੇ ਹੇਠ ਹੈ ਇਹ ਓਵਰ ਆਲ ਜੇ ਤੁਸੀਂ ਆ ਕੱਲ ਦੀ ਵੀਡੀਓ ਦੇਖੀ ਹੋਵੇ ਜਿਹੜੇ ਵਿਅਕਤੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਕਿ ਉਹਨੇ ਯੋਗੀ ਦੇ ਖਿਲਾਫ ਚੋਣ ਲੜਨੀ ਹੈ ਕਿਵੇਂ ਉਹਨੂੰ ਚੁੱਕ ਕੇ ਲਿਜਾ ਰਹੇ ਆ ਉਹ ਇਹ ਉਹ ਇਹ ਕਹਿੰਦਾ ਕਿ ਜਿੰਨੀ ਦੇਰ ਤੁਸੀਂ ਮੈਨੂੰ ਵਾਰੰਟ ਨਹੀਂ ਦਿਖਾਉਂਦੇ ਮੈਂ ਨਹੀਂ ਜਾਂਦਾ ਤੁਹਾਡੇ ਨਾਲ ਉਹਨੂੰ ਲੱਤਾਂ ਦੇ ਉੱਤੋਂ ਫੜਿਆ ਹੋਇਆ ਬਾਹਾਂ ਤੋਂ ਫੜਿਆ ਧੂ ਧੂ ਕੇ ਉਹਨੂੰ ਗੱਡੀ ਦੇ ਵਿੱਚ ਸੁੱਟ ਕੇ ਜਿਹੜਾ ਉਹ ਲੈ ਗਏ ਉਹ ਆਈਐਸ ਅਫੀਸਰ ਸਾਬਕਾ ਹੈ ਜੀ ਜੀ ਤੁਸੀਂ ਦੇਖੋ ਕਿ ਆਮ ਬੰਦੇ ਦੀ ਸੁਣਵਾਈ ਉਹ ਕੀ ਹੋਊਗੀ ਉੱਥੇ ਜੀ ਇੱਕ ਅਫਸਰ ਦੀ ਜਿਹੜੀ ਐ ਰਿਟਾਇਰਡ ਬੰਦੇ ਦੀ ਕੀ ਸੁਣਵਾਈ ਆ ਉਹਨੇ ਸਿਰਫ ਇਹ ਕਹ ਦਿੱਤਾ ਕਿ ਮੈਂ ਉਹ ਯੋਗੀ ਜਿੱਥੋਂ ਵੀ ਚੋਂ ਲੜੂਗੇ ਮੈਂ ਉਹਦੇ ਖਿਲਾਫ ਚੋਂ ਜਿਹੜੀ ਉਹ ਲੜੂਗਾ ਸੁਪਰੀਮ ਹਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਇਹ ਬੜੀਆਂ ਅਹਿਮ ਨੇ ਉਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਇਨਡਾਇਰੈਕਟਲੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਪੁਲਿਸ ਸਿਆਸਤਦਾਨਾਂ ਦੇ ਕਹੇ ਤੇ ਕੇਸ ਨਾ ਕਰੇ ਤੇ ਉਹਦੇ ਉੱਤੇ ਫਿਰ ਕੇਸ ਨਾ ਹੋਣ ਵਾਪਸ ਜੀ ਇਹਦਾ ਮਤਲਬ ਤਾਂ ਇਹੀ ਆ ਨਾ ਪਰ ਪ੍ਰੋਬਲਮ ਇਹ ਆ ਕਿ ਇੱਥੇ ਵੀ ਬੜਾ ਸਾਹਿਬ ਤੁਸੀਂ ਹੁਣ ਦੇਖਣਾ ਇਲੈਕਸ਼ਨਾਂ ਸ਼ੁਰੂ ਹੋ ਗਈਆਂ ਪੁਲਿਸ ਵਾਲਿਆਂ ਨੇ ਰਾਜਨੀਤਿਕਾਂ ਦੀ ਢੰਡੀ ਲੱਭ ਕੇ ਉਹਨਾਂ ਦੇ ਪਿੱਛੇ ਭਜਣਾ ਸ਼ੁਰੂ ਕਰ ਦੇਣਾ ਤਾਂ ਕਿ ਚੰਗੀ ਜਗ੍ਹਾ ਦੇ ਉੱਤੇ ਉਹ ਅਫਸਰ ਲੱਗ ਸਕਣ ਉਹ ਚਾਹੇ ਐਸਆਈ ਤੋਂ ਲੈ ਕੇ ਜਿਹੜੇ ਆਈਜੀ ਡੀਆਈਜੀ ਤੱਕ ਜਿਹੜੇ ਉਹ ਰਾਜਨੀਤਿਕ ਲੋਕਾਂ ਦੇ ਪਿੱਛੇ ਪਿੱਛੇ ਫਿਰਦੇ ਆ ਔਰ ਜਦੋਂ ਪਾਲਾ ਬਦਲ ਜਾਂਦੇ ਆ ਆਪਾਂ ਪੰਜਾਬ ਦੇ ਵਿੱਚ ਦੇਖਿਆ ਜਿਨ੍ਹਾਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇਤੇ ਕੇਸ ਕੀਤਾ ਉਹਨਾਂ ਨੇ ਮੁੜ ਕੇ ਬਾਦਲਾਂ ਤੇ ਕੇਸ ਕੀਤਾ ਮਤਲਬ ਕਿ ਇੱਕੋ ਹੀ ਹੈ ਜਿਨ੍ਹਾਂ ਨੇ ਉਹਨਾਂ ਤੇ ਕੀਤਾ ਉਹ ਮੁੜ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਾਸਮ ਖਾਸ ਜਿਹੜੇ ਉਹ ਬਣੇ ਬਣੇ ਫਿਰਦੇ ਆ ਬਿਲਕੁਲ ਗੱਲ ਗੱਲ ਤਾਂ ਮਸ਼ੀਨਰੀ ਤੋਂ ਹੀ ਰੈਡੀ ਆ ਮਸ਼ੀਨਰੀ ਉਹੀ ਆ ਮਸ਼ੀਨਰੀ ਉਹੀ ਆ ਵਰਤੋਂ ਵਰਤੋਂ ਜਿਹੜੀ ਆਉਂਦੀ ਆ ਰਵੇ ਇਹ ਇਹ ਰੋਕੀ ਕਿਵੇਂ ਜਾਵੇ ਮੇਰਾ ਕਹਿਲੇ ਸੁਪਰੀਮ ਕੋਰਟ ਹੀ ਰੋਕ ਸਕਦੀ ਕਿਸੇ ਤਰੀਕੇ ਨਾਲ ਜਾਂ ਜਿਹੜੇ ਅਫਸਰ ਨੇ ਉਹ ਉਹ ਇਸ ਪਾਸੇ ਵੱਲੋਂ ਉੱਤਰ ਉਹ ਵੀ ਉੱਪਰਲੇ ਲੈਵਲ ਦੇ ਗੱਲ ਇਹ ਆ ਪੰਨ ਸਾਹਿਬ ਕਿ ਇਹ ਜਿਹੜਾ ਪੰਜਾਬ ਦੀ ਸਥਿਤੀ ਵਿੱਚ ਜੰਮੂ ਦਾ ਮਾਫਕਾ ਨਾ ਆ ਦੀ ਗੱਲ ਕਰ ਲਈ ਯੂਪੀ ਦੀ ਯੂਪੀ ਦੇ ਵਿੱਚ ਕਹਿੰਦੇ ਕ੍ਰਾਈਮ ਘਟ ਗਿਆ ਯੂਪੀ ਦੇ ਵਿੱਚ ਬਹੁਤ ਕ੍ਰਾਈਮ ਵੱਧ ਚੁਕਿਆ ਆ ਕਹਿਣ ਦੀਆਂ ਗੱਲਾਂ ਨੇ ਡਾਟਾ ਹੀ ਆ ਸਿਰਫ ਹੋਤੇ ਆ ਤੁਸੀਂ ਜਿਹੜੀ ਗੱਲ ਸੁਣਾਈ ਆ ਇਸ ਤੋਂ ਦੀਆਂ ਬੜੀਆਂ ਔਰ ਕਟਨਾਵਾਂ ਆਈਆਂ ਨੇ ਦਿਨ ਦਿਹਾੜੇ ਉੱਥੇ ਔਰਤਾਂ ਤੇ ਹੁੰਦੇ ਆ ਕਟਿਆ ਕਿਵੇਂ ਆ ਵੜੈਤ ਸਾਹਿਬ ਜਿਹੜਾ ਉਹ ਮਾਰਿਆ ਸੀਗਾ ਜਿਹੜਾ ਚਾਰਜ ਸ਼ੀਟਰ ਸੀਗਾ ਜਿਹੜਾ ਮੁਕਾਬਲਾ ਸ਼ਰੇਆਮ ਕਰਾਇਆ ਮੀਡੀਆ ਦੀਆਂ ਗੱਡੀਆਂ ਪਿੱਛੇ ਰੋਕੇ ਵਿਕਾਸ ਦੂਬੇ ਉਸ ਮਾਮਲੇ 'ਚ ਪੁਲਿਸ ਨੂੰ ਪਿਛਲੇ ਹਫ਼ਤੇ ਕਲੀਨ ਚਿੱਟ ਦਿੱਤੀ ਹੈ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਬਣਾਈ ਕਮੇਟੀ ਦੇ ਅੰਨੇ ਬੰਦੇ ਨੂੰ ਵੀ ਕਹਦੇ ਹੋ ਨਾ ਜੀ ਉਹ ਵੀ ਦੱਸ ਦੂਗਾ ਕਿ ਉਹਨੂੰ ਕਿਵੇਂ ਮਾਰਿਆ ਜਿਹੜੇ ਬੰਦੇ ਦੀ ਇੱਕ ਲੱਤ ਨਹੀਂ ਚੱਲਦੀ ਉਹਨੇ ਜੇ ਲਿਖਿਆ ਕਿ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਉਦੋਂ ਪੁਲਿਸ ਨੇ ਉਹਦਾ ਪਿੱਛਾ ਕੀਤਾ ਉਹਨੇ ਉੱਤੇ ਗੋਲੀ ਚਲਾਈ ਉਹਨੇ ਅੱਗੋਂ ਗੋਲੀ ਚਲਾਈ ਤੇ ਪੁਲਿਸ ਦੇ ਵੱਲੋਂ ਚਲਾਈ ਦਵੱਲੀ ਗੋਲੀ ਦੇ ਵਿੱਚ ਉਹ ਮਾਰਿਆ ਗਿਆ ਜਿਹਦੀ ਡੇਢ ਲੱਤ ਹੈ ਉਹ ਪੁਲਿਸ ਤੋਂ ਪਾ ਦੇ ਕਿਵੇਂ ਗਿਆ ਜੀ ਇਹ ਆਪਣੇ ਆਪ ਦੇ ਵਿੱਚ ਸਵਾਲ ਸੀ ਤੇ ਹੁਣ ਕਲੀਨ ਚਿੱਟ ਦੇ ਦਿੱਤੀ ਐਦਾਂ ਕ੍ਰਾਈਮ ਜਿਹੜਾ ਘਟਿਆ ਪੰਜਾਬ ਦੇ ਵਿੱਚ ਬੜਾ ਸਾਬ ਪਹਿਲਾਂ ਇਹ ਹੁੰਦਾ ਸੀਗਾ ਹਰ ਮਹੀਨੇ ਮਹੀਨੇ ਦੇ ਖੀਰਲੇਸ ਨਿੱਚਰਵਾਰ ਜਿਹੜੀ ਮੀਟਿੰਗ ਹੁੰਦੀ ਸੀ ਐਸਐਸਪੀਜ਼ ਦੀ ਔਰ ਉਹਦੇ ਵਿੱਚ ਸਾਰਾ ਡਾਟਾ ਲਿਆ ਜਾਂਦਾ ਸੀ ਕਿੱਥੇ ਕਿਹੜਾ ਕ੍ਰਾਈਮ ਜਿਹੜਾ ਅੱਗੇ ਪਿੱਛੇ ਹੋਇਆ ਜਦੋਂ ਗੱਠਜੋੜ ਦੀ ਸਰਕਾਰ ਰਹੀ ਆ ਬਾਦਲ ਤੇ ਆਪਣੇ ਭਾਜਪਾ ਦੀ ਉਦੋਂ ਇਹ ਮੀਟਿੰਗਸ ਬੰਦ ਕਰ ਦਿੱਤੀਆਂ ਗਈਆਂ ਹੁਣ ਕੀ ਹੁੰਦਾ ਜੇ ਕੋਈ ਵਿਅਕਤੀ ਸ਼ਿਕਾਇਤ ਲੈ ਕੇ ਜਾਂਦਾ ਪੁਲਿਸ ਕੀ ਕਰਦੀ ਹੈ ਪੁਲਿਸ ਪਰਚਾ ਨਹੀਂ ਦਰਜ ਕਰਦੀ ਹਮ ਪਰਚਾ ਦਰਜ ਓਨੀ ਦੇਰ ਨਹੀਂ ਹੁੰਦਾ ਜਿੰਨੀ ਦੇਰ ਹਲਕਾ ਇੰਚਾਰਜ ਜਿਹੜਾ ਲਾਏ ਨਾ ਇਹਨਾਂ ਨੇ ਉਹ ਨਹੀਂ ਕਹਿੰਦਾ ਹਲਕੇ ਇੰਚਾਰਜ ਉਹ ਨਹੀਂ ਜਿੰਨੀ ਦੇਰ ਤੱਕ ਕਹਿੰਦੇ ਓਨੇ ਦੇਰ ਤੱਕ ਪਰਚਾ ਨਹੀਂ ਦਰਜ ਕਰਦਾ ਮੈਂ ਆਪਣੇ ਦਰਸ਼ਕਾਂ ਨੂੰ ਕਹਿੰਦਾ ਪੰਨੂ ਸਾਹਿਬ ਨੇ ਦੋ ਵਾਰੀ ਬੋਲਿਆ ਪਹਿਲਾਂ ਉਹਨਾਂ ਨੇ ਬੋਲਿਆ ਹਲਕਾ ਫਿਰ ਲੱਲੇ ਪੈਰ ਬਿੰਦੀ ਲਾਈ ਉਹਨਾਂ ਨੇ ਹਲਕੇ ਹਲਕਾ ਇੰਚਾਰਜ ਉਹ ਹਲਕਾ ਇੰਚਾਰਜ ਹਲਕਾ ਹਲਕਾ ਇੰਚਾਰਜ ਲੱਗਣ ਤੋਂ ਬਾਅਦ ੜਕ ਗਿਆ ਉਹ ਹਲਕਦੇ ਆ ਹਲਕ ਜਾਂਦੇ ਆ ਪੈਸੇ ਇਕ ਆਪਾਂ ਸਾਰੇ ਜਾਣਦੇ ਆ ਥਾਣੇ ਦਿਹਾਰੇ ਦਿੱਤੇ ਜਾਂਦੇ ਆ ਇਹਨਾਂ ਨੂੰ ਇਹ ਹਲਕਾ ਇੰਚਾਰਜਾਂ ਨੂੰ ਜਾਂ ਜਿਹੜਾ ਐਮਐਲਏ ਬਣਦਾ ਜੀ ਉਹਨੂੰ ਉਹ ਉਹਨੂੰ ਇਹ ਕਹਿਆ ਜਾਂਦਾ ਵੀ ਆ ਤਿੰਨ ਥਾਣੇ ਤੇਰੇ ਚਾਰ ਥਾਣੇ ਤੇਰੇ ਉਹ ਫਿਰ ਜਿਹੜਾ ਦੀ ਉਹ ਥਾਣੇਦਾਰ ਨੂੰ ਕਹਿੰਦਾ ਵੀ ਇੰਨੇ ਪੈਸੇ ਤੂੰ ਮੈਨੂੰ ਲਿਆ ਕੇ ਦੇਣੇ ਆ ਫਿਰ ਥਾਣੇਦਾਰ ਸਿਰਫ ਉਹਦੇ ਲਈ ਇਕੱਠੇ ਥੋੜੀ ਕਰਦਾ ਜੀ ਉਹ ਆਪਣੇ ਲਈ ਵੀ ਨਿਕਲ ਲਾ ਲਾ ਇੱਥੋਂ ਕਰਪਸ਼ਨ ਸਟਾਰਟ ਹੁੰਦੀ ਬਿਲਕੁਲ ਬਿਲਕੁਲ ਔਰ ਇੱਥੇ ਹੁਣ ਬਹੁਤ ਵੱਡਾ ਇੱਕ ਸਵਾਲ ਸਾਡੀ ਪੁਲਿਸ ਦੇ ਉੱਤੇ ਆ ਉਹਨਾਂ ਲਈ ਆ ਕਿ ਇਸ ਸਮਾਜ ਦੇ ਵਿੱਚ ਅਗਰ ਤੁਹਾਨੂੰ ਵਰਦੀਆਂ ਪੁਆਈਆਂ ਨੇ ਨਾ ਇਸ ਸਿਸਟਮ ਨੇ ਤੇ ਤੁਹਾਡੇ ਤੋਂ ਆਸ ਵੀ ਹੈ ਲੋਕਾਂ ਨੂੰ ਔਰ ਜਿਸ ਦੇ ਉੱਤੇ ਸਾਡੀ ਪੁਲਿਸ ਬਿਲਕੁਲ ਪੂਰੀ ਨਹੀਂ ਉਤਰ ਰਹੀ ਅਸੀਂ ਥੋੜਾ ਜਿਹਾ ਰੱਖ ਲਈਏ ਵੀ 99% ਪੁਲਿਸ ਲੋਕਾਂ ਦੀਆਂ ਆਸਾਂ ਤੇ ਪੂਰੀ ਨਹੀਂ ਉਤਰਦੀ ਨਹੀਂ ਤੇ ਇਨਾ ਕ੍ਰਾਈਮ ਨਾ ਹੁੰਦਾ ਨਸ਼ੇ ਨਾ ਹੁੰਦੇ ਇੰਨੀਆਂ ਜਿਹੜੀਆਂ ਜਾਇਜ਼ਤੀਆਂ ਹੁੰਦੀਆਂ ਨੇ ਨਾਉਣ ਜੇਕਰ ਸਾਡੇ ਪੁਲਿਸ ਅਫਸਰ ਰੂਲ ਦੇ ਮੁਤਾਬਕ ਚੱਲਣ ਉੱਪਰੋਂ ਆਰਡਰ ਆਉਂਦੇ ਆ ਸੀਐਮ ਦਾ ਮੰਤਰੀ ਦਾ ਹਲਕਾ ਇੰਚਾਰਜ ਦਾ ਆਉਂਦਾ ਸੁਣੋ ਉਹਨਾਂ ਦੀ ਵੀ ਅਸੀਂ ਨੇ ਕਹਿੰਦੇ ਨਾ ਸੁਣੋ ਪਰ ਗਲਤ ਕੰਮ ਲਈ ਰੋਕਣਾ ਤੁਹਾਡਾ ਫਰਜ਼ ਹੈ ਇਹ ਪੁਲਿਸ ਅਫਸਰ ਦਾ ਹੈ ਜਿਹੜਾ ਸੀਟ ਤੇ ਬੈਠਾ ਹੈ ਯੂ ਆਰ ਦੀ ਕਸਟੋਡੀਅਨ ਆਫ ਲਾ ਤੁਸੀਂ ਇਸ ਸੁਸਾਇਟੀ ਦੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਸ ਤੋਂ ਤੁਸੀਂ ਸਾਰੇ ਪਛਾਣ ਰਹੇ ਹੋ ਸ਼ਾਇਦ ਤੁਸੀਂ ਮੇਰੇ ਨਾਲ ਗੁੱਸੇ ਵੀ ਹੋ ਜਾਵੋ ਇੱਕ ਜਿਹੜਾ ਦੂਸਰਾ ਬੜੈਤ ਸਾਹਿਬ ਜਿਹੜੀ ਪੁਲਿਸ ਹੈ ਉਹ ਮੈਕਸਿਮਮ ਜਿਹੜੇ ਰਾਜਨੀਤਿਕ ਨੇ ਉਹਨਾਂ ਦੀ ਸੁਰੱਖਿਆ ਕਰਦੀ ਤੁਰ ਫਿਰਦੀ ਹੈ ਸੁਖਵੀਰ ਸਿੰਘ ਬਾਦਲ ਨੇ ਸਹੁੰ ਦੰਦਾ ਕੀਤਾ ਜੀ ਤਿੰਨ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਿਆਂਦੀ ਜਾ ਰਹੀ ਹੈ ਜਿੱਥੇ ਉਹਨੇ ਰੈਲੀ ਕਰਨੀ ਹੈ ਤੇ ਕੱਲ ਤੁਸੀਂ ਅੰਮ੍ਰਿਤਸਰ ਡਾਕਾ ਪੈਂਦਾ ਦੇਖਿਆ ਜੀ ਬਿਲਕੁਲ ਜੀ ਹਾਂ ਓਪਨ ਡਾਕੇ ਪੈ ਰਹੇ ਆ ਓਪਨ ਔਰ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਜਾਣ ਵਾਲੇ ਜਿਹੜੇ ਯਾਤਰੀ ਆ ਪਿਛਲੇ ਹਫਤੇ ਦੀ ਡਿਟੇਲ ਰਿਪੋਰਟ ਸੀਗੀ ਸਭ ਤੋਂ ਵੱਧ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਚੇਨ ਸਨੀਚਿੰਗ ਦੇ ਵਿੱਚ ਪਰਸ ਖੋਣ ਦੇ ਵਿੱਚ ਪੁਲਿਸ ਹੈ ਹੀ ਨਹੀਂ ਕਿਤੇ ਪੁਲਿਸ ਵੀ ਆਈਪੀ ਡਿਊਟੀਆਂ ਦੇ ਉੱਤੇ ਲੱਗੀ ਹੋਈ ਹੈ ਜੀ ਅਸੀਂ ਗੱਲ ਕਰ ਰਹੇ ਸੀਗੇ ਵਿੱਚੋਂ ਗੱਲ ਨਸ਼ਿਆਂ ਵਾਲੀ ਕਿ ਇਹ ਮੁੱਦਾ ਜਿਹੜਾ ਉਹ ਦਬ ਕੇ ਰਹਿ ਗਿਆ ਪਰ ਦੱਬਣ ਦਾ ਮਤਲਬ ਇਹ ਨਹੀਂ ਕਿ ਨਸ਼ੇ ਖਤਮ ਹੋ ਗਿਆ ਭਾਵੇਂ ਕਿ ਹਾਲੇ ਕਿ ਹਾਈ ਕੋਰਟ ਦੇ ਵਿੱਚ ਰਿਪੋਰਟ ਬੰਦ ਪਈ ਹੈ ਸਰਕਾਰ ਵੀ ਚੁੱਪ ਹੈ ਸਾਡੇ 4 ਸਾਲ ਸਰਕਾਰ ਦੇ ਪੂਰੇ ਹੋ ਗਏ ਆ ਸਰਕਾਰ ਨੇ ਹਾਲ ਤੱਕ ਕੁਝ ਨਹੀਂ ਕੀਤਾ ਖਬਰਾਂ ਉਸੇ ਤਰ੍ਹਾਂ ਆ ਰਹੀਆਂ ਨੇ ਔਰ ਰੋਜ਼ ਦਿਹਾੜੇ ਲੋਕਾਂ ਦੇ ਘਰ ਉਜੜ ਰਹੇ ਨੇ ਤੇ ਇਸ ਪ੍ਰਤੀ ਸਰਕਾਰਾਂ ਹਲੇ ਤੱਕ ਨਹੀਂ ਬੋਲੀਆਂ ਸਿੱਧੂ ਸਾਹਿਬ ਵੀ ਨਹੀਂ ਬੋਲੇ ਸਾਢੇ 4 ਚੋਂ ਵੀ 1 ਮਹੀਨਾ ਹੋਰ ਘਟ ਗਿਆ ਜੀ ਹੋਰ ਘਟ ਗਿਆ ਹਾਂਜੀ ਹੋਰ ਘਟ ਗਿਆ 5 ਮਹੀਨੇ ਰਹਿ ਗਏ ਬਿਲਕੁਲ 5 ਮਹੀਨੇ ਜਨਵਰੀ ਤੱਕ ਰਹਿ ਗਏ ਜੀ ਜੇ ਜੇ ਚੋਣ ਜਾਬਤਾ ਦਸੰਬਰ ਚ ਲੱਗ ਗਿਆ ਸਿੱਧੂ ਸਾਹਿਬ ਦਸੰਬਰ ਚ ਲੱਗਣਾ ਚੋਣ ਜਾਬਤਾ 25 ਦਸੰਬਰ ਦੇ ਨੇੜੇ ਤੇੜੇ ਚੋਣ ਜਾਬਤਾ ਲੱਗਣਾ ਹੀ ਲੱਗਣਾ ਤਾਂ 4 ਮਹੀਨੇ ਰਹਿ ਗਏ 4 ਮਹੀਨੇ ਰਹਿ ਗਏ ਬਿਲਕੁਲ ਜਿਹੜੀਆਂ ਮੌਤਾਂ ਨੇ ਨਸ਼ੇ ਦੇ ਨਾਲ ਉਵੇਂ ਹੀ ਹੁੰਦੀਆਂ ਤੁਰੀਆਂ ਜਾ ਰਹੀਆਂ ਨੇ ਬਠਿੰਡੇ ਦੇ ਵਿੱਚ ਬਠਿੰਡਾ ਵੀ ਪੋਲੀਟੀਕਲ ਰਾਜਧਾਨੀ ਹੈ ਕਿਸਮ ਦੇ ਨਾਲ ਕਿਉਂਕਿ ਇਹ ਸਾਰਾ ਕੁਝ ਉੱਥੇ ਜੇ ਪਟਿਆਲਾ ਪੋਲੀਟੀਕਲ ਰਾਜਧਾਨੀ ਹੈ ਤਾਂ ਬਠਿੰਡਾ ਵੀ ਹੈ ਬਠਿੰਡਾ ਵੀ ਬਣ ਗਈ ਹੁਣ ਬਿਲਕੁਲ ਉੱਥੇ ਹਰ ਰੋਜ਼ ਪਿਛਲੇ 15 ਦਿਨ ਤੋਂ ਰੋਜ਼ ਇੱਕ ਮੌਤ ਓਵਰਡੋਜ਼ ਦੇ ਨਾਲ ਹੋ ਰਹੀ ਹੈ ਇੱਥੇ ਪਿਛਲੇ ਦਿਨਾਂ ਦੇ ਵਿੱਚ ਸਟਿੰਗ ਕੀਤਾ ਸੀ ਹਾਦਸਿਆਂ ਦੇ ਵਿੱਚ ਕੁਝ ਨੌਜਵਾਨਾਂ ਨੇ ਕੈਮਰੇ ਲਾ ਕੇ ਉਹਦੇ ਵਿੱਚ ਇੱਕ ਮੁੰਡਾ ਜਿਹੜਾ ਨਸ਼ਾ ਚਿੱਟਾ ਲਿਉਂਦਾ ਉਹਨਾਂ ਨੇ ਦਿਖਾਇਆ ਸੀਗਾ ਉਹਦੀ ਪਰਸੋ ਰਾਤ ਡੈਥ ਹੋ ਗਈ ਓਵਰਡੋਸ ਦੇ ਨਾਲ ਇਕੱਲਾ ਇਕੱਲਾ ਮੁੰਡਾ ਸੀ ਮਾਪਿਆਂ ਦਾ ਉਹ ਜਿਹੜਾ ਸਟਿੰਗ ਹੋਏ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਜੇ ਪੁਲਿਸ ਉਹਦੇ ਲਈ ਕੁਝ ਕਰ ਲੈਂਦੀ ਹੋ ਸਕਦਾ ਸੀਗਾ ਬਚ ਸਕਦਾ ਸੀ ਉਹ ਬਚ ਸਕਦਾ ਸੀ ਅੱਛਾ ਦੂਜਾ ਤੁਸੀਂ ਦੇਖੋ 12 ਲੱਖ ਟਰਮਾਡੋਲ ਗੋਲੀ ਜਿਹੜੀ ਸੀਗੀ ਉਹ ਰੇਡ ਕਰਕੇ ਪੁਲਿਸ ਨੇ ਅੰਮ੍ਰਿਤਸਰ ਫੜੀ ਸੀ ਉਹ ਰੱਖ ਦਿੱਤੀ ਉੱਥੇ ਜਿੱਥੇ ਰੱਖਤੀ ਉਥੋਂ ਗਾਇਬ ਹੋ ਗਈ ਮਾਲਖਾਨੇ ਚੋਂ ਹਾਂ 12 ਲੱਖ ਟਰਾਮਾਡੋਲ ਗੋਲੀ ਜੇਲ੍ਹ ਦੇ ਵਿੱਚ ਜਦੋਂ ਮੈਂ ਜੇਲ੍ਹਤ ਸੀਗਾ ਵੜੈਤ ਸਾਹਿਬ ਉਸ ਵੇਲੇ ਜੇਲ੍ਹ ਦੇ ਅੰਦਰ 400 ਤੋਂ ਲੈ ਕੇ 500 ਰੁਪਏ ਤੱਕ ਇੱਕ ਟਰਾਮਾਡੋਲ ਬੇਚੀ ਇੱਕ ਗੋਲੀ ਜਿਹੜੀ ਸਾਡੀ ਜਿਹੜੀ ਜਿਹੜੀ ਇੱਕ ਬੀੜੀ ਆ ਜਿਹੜੀ ਇੱਕ ਬੀੜੀ 100 ਰੁਪਏ ਦੀ ਔਰ ਜਿਹੜਾ ਉਹ ਜਰਦਾ ਲਾਉਂਦੇ ਆ ਜਿਹੜਾ ਮੂੰਹ ਚ ਤੰਬਾਕੂ ਵਗੈਰਾ ਉਹ ਜਿਹੜੀ ਪੁੜੀ ਆ ਉਹ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੀ ਇੱਕ ਜੜੀ ਪੁੜੀ ਅੰਦਰ ਜੇਲ੍ਹ ਚ ਅੰਦਰ ਜੇਲ੍ਹ ਦੇ ਜੜੇ ਔਰ ਟਰਾਮਾਡੋਲ ਦੀ ਗੋਲੀ ਇੰਨੀ ਮਹਿੰਗੀ ਹੁਣ ਇਹ ਨਹੀਂ ਪਤਾ ਕਿ ਉਹ 12 ਲੱਖ ਗੋਲੀਆਂ ਕਿੱਥੇ ਗਈਆਂ ਕਿੰਨੇ ਲੋਕ ਉਹਦੇ ਨਾਲ ਤਬਾਹ ਹੋਏ ਹੋਣਗੇ ਹੁਣ ਅੱਛਾ ਜਦੋਂ ਹਾਈ ਕੋਰਟ ਨੇ ਇਹ ਦੇਖਿਆ ਵੀ ਇਸ ਕੇਸ ਦੇ ਵਿੱਚ ਐਨਡੀਪੀਐਸ ਬਣਦਾ ਸੀਗਾ ਐਨਡੀਪੀਐਸ ਲਾਇਆ ਕਿਉਂ ਨਹੀਂ ਉਹਨੇ ਚੁੱਕ ਕੇ ਜਿਹੜੀ ਉਹਦੀ ਤਫਤੀਸ਼ ਸੀ ਦਿੱਤੀ ਸੀ ਬੀਆਈ ਨੂੰ ਸੀਬੀਆਈ ਹੁਣ ਛਾਪੇਮਾਰੀ ਕਰ ਰਹੀ ਆ ਉਹ ਗੋਲੀਆਂ ਲੱਭਣ ਲਈ ਤੇ ਹੁਣ ਇਹ ਆ ਨਾ ਕਿ ਵੀ ਉਹ ਜੜਿਆਂ ਜੜੀਆਂ ਖੱਡਾਂ ਨੇ ਉਹਦੇ ਚ ਹੱਥ ਦੇ ਰਹੇ ਆ ਪੰਨੂ ਸਾਹਿਬ ਤੁਸੀਂ ਇਹਦੇ ਤੇ ਜ਼ਿਆਦਾ ਚਾਣਨਾ ਪਾਓ ਕਿ ਜਦੋਂ ਕੋਈ ਚੀਜ਼ ਫੜੀ ਜਾਂਦੀ ਆ ਪੁਲਿਸ ਲੈ ਜਾਂਦੀ ਆ ਉਹਦੀ ਪ੍ਰੋਪਰ ਸਪੁਰਦਗੀ ਹੁੰਦੀ ਆ ਉਹਦੀ ਐਫ ਆਈ ਆਰ ਕੱਟੀ ਜਾਂਦੀ ਆ ਫਿਰ ਉਹ ਸਮਾਨ ਮਾਲਖਾਨੇ ਦੇ ਵਿੱਚ ਜਾਂਦਾ ਹੈ ਸਟੈਂਪਾਂ ਲੱਗਦੀਆਂ ਨੇ ਸੀਲਿੰਗ ਹੁੰਦੀ ਆ ਅਗਰ ਉੱਥੋਂ ਕੋਈ ਚੀਜ਼ ਗਾਇਬ ਹੋ ਗਈ ਆ ਤੇ ਉਹਦੀ ਸਿੱਧੀ ਜ਼ਿੰਮੇਵਾਰੀ ਉਸ ਇਨਚਾਰਜ ਤੇ ਉਹ ਕੀ ਕੀ ਉਹਨੂੰ ਲੱਭਣ ਲਈ ਕਿਸੇ ਚੀਜ਼ ਨੂੰ ਇੰਨਾ ਟਾਈਮ ਲੱਗਦਾ ਕਿ ਕਿੱਥੇ ਗਈਆਂ ਉਹ ਤੇ ਸਿੱਧਾ ਉਹ ਬੰਦਾ ਦੱਸ ਸਕਦਾ ਜੇ ਉਹ ਕਹਿੰਦਾ ਚੋਰੀ ਹੋ ਗਈ ਵੀ ਫਿਰ ਤੇਰੀ ਜ਼ਿੰਮੇਵਾਰੀ ਕਹਦੀ ਹੋਈ ਉਹ ਐਕਚੁਅਲੀ ਇਹੀ ਤਾਂ ਵੱਡਾ ਸਵਾਲ ਆ ਹੁਣ ਸੀਬੀਆਈ ਕਹਿੰਦੀ ਆ ਕਿ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਇੱਕ ਕੈਬਨਿਟ ਮੰਤਰੀ ਤੇ ਇੱਕ ਵਿਧਾਇਕ ਜੀ ਉਹਦਾ ਨਾਮ ਉਹਦੇ ਵਿੱਚ ਆ ਰਿਹਾ ਅੰਮ੍ਰਿਤਸਰ ਦਾ ਨਾਮ ਜੁੜਿਆ ਹੋਵੇ ਉਹ ਤਾਂ ਗਾਇਬ ਹੋ ਜੇ ਸਭ ਨੂੰ ਪਤਾ ਉਹ ਨਾਮ ਕੀ ਦਾ ਜੀ ਸੀਬੀਆਈ ਨੂੰ ਦੱਸ ਲੈਣ ਦਿਓ ਫਿਰ ਉਸ ਤੋਂ ਬਾਅਦ ਜਿਹੜਾ ਉਹ ਜ਼ਰੂਰ ਆਪਾਂ ਜਿਹੜਾ ਉਹ ਦੱਸਾਂਗੇ ਆਪਾਂ ਨੂੰ ਐਵੇਂ ਦੱਸਣ ਦੀ ਲੋੜ ਨਹੀਂ ਲੋਕੀ ਸਮਝ ਜਾਂਦੇ ਆ ਜਿਹੜੀ ਜਦੋਂ ਜਿਹੜੀ ਬੇਦਬੀ ਕਾਰਨ ਹੋਇਆ ਜੀ ਜਿਹੜੇ ਖੋਲ ਸੀਗੇ ਗੋਲੀਆਂ ਦੇ ਉਹ ਵੀ ਇਦਾਂ ਹੀ ਮਾਲ ਖਾਨੇ 'ਚ ਪਏ ਸੀ ਉਥੋਂ ਚੁੱਕ ਕੇ ਉਹਨਾਂ ਦੇ ਨਾਲ ਛੇੜਖਾਨੀ ਕੀਤੀ ਗਈ ਹੈ ਜੀ ਔਰ ਦੋ ਦੋ ਰਿਪੋਰਟਾਂ ਨੇ ਜਿਹੜੀਆਂ ਫੋਰੈਂਸਿਕ ਦੀਆਂ ਦੋਨੋਂ ਵੱਖਰੀਆਂ ਨੇ ਇੱਕ ਰਿਪੋਰਟ ਕੁਝ ਕਹਿੰਦੀ ਆ ਦੂਜੀ ਰਿਪੋਰਟ ਕੁਝ ਕਹਿੰਦੀ ਆ ਹੁਣ ਸਵਾਲ ਉਹੀ ਤੁਹਾਡੇ ਵਾਲਾ ਆ ਜਾਂਦਾ ਵੀ ਜਿਹੜਾ ਮਾਲ ਖਾਨੇ ਦੇ ਵਿੱਚ ਰੱਖਿਆ ਹੋਇਆ ਮਾਲ ਹੀ ਗਾਇਬ ਹੋ ਜਾਂਦਾ ਹਾਂ ਤੇ ਉਹ ਉੱਥੇ ਫਿਰ ਜ਼ਿੰਮੇਵਾਰੀ ਜਿਹੜੀ ਉਹ ਕੀਦੀ ਆ ਇਹ ਕਹਿੰਦੇ ਨਾ ਨਸ਼ੇ ਕੰਟਰੋਲ ਕਰਨੇ ਆ ਕਿ ਪੰਜਾਬ ਦੇ ਵਿੱਚ ਅਸੀਂ 64 ਹਫ਼ਤੇ ਇੰਦਾ ਕਿੰਨੇ ਚ ਇਹ ਕਿਵੇਂ ਕੰਟਰੋਲ ਹੋ ਸਕਦਾ ਜੇਲਾਂ ਦੀ ਏਡੀ ਏਡੀ ਉੱਚੀ ਕੰਧਾਂ ਜਿਹੜੀ ਤੁਸੀਂ ਟੱਪ ਨਹੀਂ ਸਕਦੇ ਜਿਹੜਾ ਉਹਦਾ ਇੱਕ ਛੋਟੀ ਜੀ bari ਆ ਜਿਹਦੇ ਵਿੱਚੋਂ ਦੀ ਜਾਣਾ ਪੈਂਦਾ ਔਰ ਤੁਹਾਡੇ ਨੇਫੇ ਤੱਕ ਹਰੇਕ ਚੀਜ਼ ਹੁੰਦੀ ਆ ਜੀ ਅੰਦਰ ਜਾਣ ਤੱਕ 5 ਤੋਂ 6 ਜਗ੍ਹਾ ਦਿੱਤੇ ਤੁਹਾਡੀ ਚੈਟਿੰਗ ਹੁੰਦੀ ਆ ਜੇ ਉਹਦੇ ਅੰਦਰ ਇੱਕ ਮੋਢੇ ਦੇ ਉੱਤੇ ਰੱਖ ਕੇ ਏਡੀ ਮੋਟੀ ਰੱਸੀ ਉਹਨੂੰ ਅੱਗ ਲਾਈ ਹੋਈ ਹੈ ਸਾਈਡ ਤੋਂ ਤੇ ਫੋਇਲ ਪੇਪਰ ਆ ਉਹ ਕਿਉਂਕਿ ਫੋਇਲ ਉਹ ਜਿਹੜਾ ਉਹਨੂੰ ਖਿੱਚਦੇ ਆ ਉਹ ਰੱਸੀ ਜਿਹੜੀ ਆ ਉਹਦੇ ਫੋਇਲ ਪੇਪਰ ਦੇ ਥੱਲੇ ਕਰ ਦਿੰਦੇ ਆ ਉਹ ਖਿੱਚਣ ਦੇ ਵਾਸਤੇ ਸਮੈਕ ਪਿੰਦੇ ਆ ਜਦੋਂ ਸਮੈਕ ਦੇ ਅੰਦਰ ਔਰ ਉਹ ਜਿਹੜੀ ਕੱਲਾ ਕੱਲਾ ਜਿੱਥੇ ਅੰਦਰ ਜਿਹੜੇ ਬਣੇ ਹੋ ਜਿੱਥੇ ਅੰਦਰ ਦਿੱਤੇ ਆ ਉਹ ਬਾਹਰਵਾਜ ਦਿੰਦੇ ਆ ਸੂਟਾ ਲਾਉਣਾ ਇੰਨੇ ਪੈਸੇ ਦਾ ਜਿਹੜੇ ਅੱਛਾ ਜਿਹੜੇ ਉਹ ਕਾਗਜੀ ਮਨੀ ਅੰਦਰ ਜਿਹੜੀ ਚੱਲਦੀ ਹੈ ਜੀ ਜਿਹੜੇ ਕੂਪਨ ਉਹ ਕੂਪਨ ਦੇ ਕੇ ਤੁਸੀਂ ਲਾਉਣਾ ਜਿਹੜੇ ਕੰਦਾਂ ਦੇ ਅੰਦਰ ਤੁਸੀਂ ਨਸ਼ੇ ਨਹੀਂ ਰੋਕ ਸਕਦੇ ਤੁਸੀਂ ਬਾਹਰ ਕਿੱਥੋਂ ਰੋਕ ਲਓਗੇ ਜੀ ਉਹ ਕੌਣ ਕਰਵਾ ਰਿਹਾ ਹੈ ਉਹ ਅੰਦਰ ਬੈਠੇ ਲੋਕਾਂ ਨੂੰ ਵੰਡੀਆਂ ਹੋਈਆਂ ਨੇ ਕਿ ਕਿਹੜੇ ਬੈਰਕ ਕੀਦੀ ਹੈ ਕਿਹੜੀ ਬੈਰਕ ਕੀਦੀ ਹੈ ਕਿਸੇ ਦੀ ਹਿੰਮਤ ਨਹੀਂ ਗਈ ਤੋਂ ਗੋਰੂ ਬੱਚਾ ਵਾਲਾ ਕੇਸ ਤੁਸੀਂ ਸੁਣਿਓ ਪਟਿਆਲੇ ਦੀ ਜੇਲ੍ਹ ਦਾ ਜਿਹੜਾ ਉਹ ਕਪੂਰ ਇਹ ਉਹ ਸਸਪੈਂਡ ਕੀਤੇ ਨੌਕਰੀ ਤੋਂ ਕੱਢੇ ਸੀ ਸਸਪੈਂਡ ਨਹੀਂ ਕੀਤੇ ਨੌਕਰੀ ਤੋਂ ਕੱਢੇ ਸੀਗੇ ਉਹ ਸ਼ਰਿਆਂ ਜਿਹੜਾ ਜੀ ਉਹ ਪੈਸੇ ਲੈਂਦਾ ਸੀਗਾ ਰਿਸ਼ਵਤ ਲੈਂਦਾ ਜਿਹੜਾ ਨਹੀਂ ਸੀ ਦਿੰਦਾ ਉਹਨੂੰ ਕਟਾਉਂਦਾ ਸੀਗਾ ਪੰਨ ਸਾਹਿਬ ਦੇਖੋ ਤੁਸੀਂ ਗੱਲ ਕੀਤੀ ਕਿ ਜੇਲ੍ਹਾਂ ਦੇ ਅੰਦਰ ਇਹ ਹਾਲਤ ਹੈ ਢਿੱਡੀਆਂ ਉੱਚੀਆਂ ਦੀਵਾਰਾਂ ਨੇ ਉੱਥੇ ਸਿਕਿਉਰਟੀ ਇੰਨੀ ਤਕੜੀ ਹੈ ਰੂਲ ਹੈ ਆਫੀਸਰਸ ਨੇ ਤੇ ਸਾਡੇ ਬਾਰਡਰ ਦਾ ਵੀ ਇਹੀ ਹਾਲ ਹੈ ਬਾਰਡਰ ਦੇ ਉੱਤੇ ਬੀਐਸਐਫ ਲੱਗੀ ਹੋਈ ਆ ਹਾਂ 24 ਘੰਟੇ ਪੈਟਰੋਲਿੰਗ ਹੈ ਲਾਈਟਾਂ ਲਗੀਆਂ ਹੋਈਆਂ ਨੇ ਤੇ ਉਹ ਕਿਵੇਂ 50 60 ਫੁੱਟ ਦੀ ਪਾਈਪ ਪਾ ਕੇ ਪਾਕਿਸਤਾਨ ਵਾਲੇ ਪਾਸੇੋਂ ਇਧਰਲੇ ਪਾਸੇ ਸੁੱਟ ਦਿੰਦੇ ਦਾ ਮਤਲਬ ਕਿ ਮੇਰੀ ਭੁਗਤ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈਗੀ ਸੋ ਗੱਲਾਂ ਅਸੀਂ ਜਾਰੀ ਰੱਖਾਂਗੇ ਸਾਡਾ ਮਤਲਬ ਇਹੀ ਹੁੰਦਾ ਹੈ ਕਿ ਅਸੀਂ ਕੁਝ ਉਹਨਾਂ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝਾ ਕਰ ਸਕੀਏ ਜਿਹੜੇ ਚਿੰਤਾ ਦੇ ਵਿਸ਼ੇ ਨੇ ਤੇ ਜਿਨ੍ਹਾਂ ਦੇ ਉੱਤੇ ਸਾਨੂੰ ਚਰਚਾ ਕਰਨੀ ਬਣਦੀ ਆ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਪ੍ਰੋਗਰਾਮ ਵਾਰਸਤਵਾਰ ਦੇ ਦੂਸਰੇ ਹਿੱਸੇ ਵਿੱਚ ਤੁਹਾਡਾ ਫੇਰ ਸਵਾਗਤ ਹੈ ਅਸੀਂ ਪਹਿਲਾਂ ਕੁਝ ਉਹ ਵਿਸ਼ੇ ਤੁਹਾਡੇ ਨਾਲ ਸਾਂਝੇ ਕਰਕੇ ਆਟੇ ਹਾਂ ਜਿਨ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ ਔਰ ਚਲਦੀ ਵੀ ਰਹੀ ਹੈ ਚਿੰਤਾ ਹੈ ਉਹਨਾਂ ਦੇ ਉੱਤੇ ਹੁਣ ਥੋੜਾ ਜਿਹਾ ਆਪਾਂ ਗੱਲ ਕਰਦੇ ਹਾਂ ਸਾਡੇ ਪੰਜਾਬ ਵਾਲੇ ਪਾਸੇ ਆਉਨੇ ਆ ਖਾਸ ਤੌਰ ਦੇ ਉੱਤੇ ਜਿਹੜੀ ਸਿਆਸਤ ਪਿਛਲੇ ਦਿਨਾਂ ਦੇ ਵਿੱਚ ਸਰਗਰਮ ਹੋਈ ਹੈ ਤੇ ਉਹਦਾ ਸਾਰਾ ਧਿਆਨ ਲੋਕਾਂ ਦਾ ਵੀ ਤੇ ਬਾਕੀ ਸੰਸਥਾਵਾਂ ਦਾ ਵੀ ਉਧਰ ਲੱਗਿਆ ਹੋਇਆ ਕਿ ਪੰਜਾਬ ਸਰਕਾਰ ਦੇ ਵਿੱਚ ਜੋ ਕਲਾ ਚੱਲ ਰਹੀ ਹੈ ਕਲੇਸ਼ ਪਿਆ ਹੋਇਆ ਇਹ ਨਿਬੜੇਗਾ ਕਿੰਨੇ ਨਿਬੜੇਗਾ ਕਾਂਗਰਸ ਲਈ ਇੱਕ ਬਹੁਤ ਵੱਡੀ ਚਿੰਤਾ ਕਿਉਂਕਿ ਪੰਜਾਬ ਚ ਵੀ ਆ ਤੇ ਨਾਲ ਹੁਣ ਛੱਤੀਸਗੜ੍ਹ ਦੇ ਵਿੱਚ ਵੀ ਕਲਾ ਕਲੇਸ਼ ਚੱਲ ਪਿਆ ਹੋਇਆ ਹੈ ਕਾਂਗਰਸ ਦਾ ਆਪਣਾ ਪੰਨੂ ਸਾਹਿਬ ਲੋਕੀ ਕਹਿਣ ਲੱਗ ਪਏ ਨੇ ਹੁਣ ਕਿ ਮੀਡੀਆ ਵਾਲਿਆਂ ਕੋਲੇ ਹੋਰ ਕੁਝ ਬਚੇ ਹੀ ਨਹੀਂ ਤੇ ਸਿੱਧੂ ਸਾਹਿਬ ਨੇ ਮੋਜਾਂ ਕੀਤੀਆਂ ਹੋਈਆਂ ਬੜੀਆਂ ਕਿ ਕੋਈ ਨਾ ਕੋਈ ਉਹ ਇਸ ਤਰ੍ਹਾਂ ਦਾ ਬਿਆਨ ਦੇ ਦਿੰਦੇ ਆ ਤੇ ਫਿਰ ਮੀਡੀਆ ਉਹਦੇ ਉੱਤੇ ਲੱਗਿਆ ਰਹਿੰਦਾ ਲੋਕੀ ਤੰਗ ਹੋਣ ਲੱਗ ਪਏ ਆ ਸੁਣ ਸੁਣ ਕੇ ਵਾਰ-ਵਾਰ ਵਾਰ-ਵਾਰ ਕਿ ਬਾਕੀ ਕੰਮ ਤੇ ਹੋ ਨਹੀਂ ਰਿਹਾ ਸਿੱਧੂ ਸਾਹਿਬ ਨੇ ਕਿਹਾ ਸੀ ਮੈਂ ਬੜਨ ਤੋਂ ਬਾਅਦ ਪ੍ਰਧਾਨ ਫਿਰ ਕੰਮ ਖਿੱਚ ਦੇਣਾ ਤੇ ਹੁਣ ਤੇ ਉਹਨਾਂ ਨੇ ਕਹਿ ਵੀ ਦਿੱਤਾ ਵੀ ਜੇ ਮੇਰੀ ਗੱਲ ਨਾ ਮੰਨੀ ਤੇ ਫਿਰ ਮੈਂ ਇਟ ਨਾਲ ਇਟ ਖੜਕਾ ਦੇਣੀ ਆ ਇਹ ਸਾਰਾ ਕੁਝ ਜਿਹੜਾ ਨਵੇਂ ਸਿਰਿਓਂ ਸ਼ੁਰੂ ਹੋ ਗਿਆ ਔਰ ਖਾਸ ਤੌਰ ਤੇ ਜਿਹੜੇ ਸਲਾਹਕਾਰਾਂ ਦੇ ਨਾਲ ਜਿਹੜੀ ਗੱਲ ਸ਼ੁਰੂ ਹੋਈ ਸੀ ਕਿ ਉਹਨਾਂ ਦੇ ਬਿਆਨ ਮਲਵਿੰਦਰ ਮਾਲੀ ਦੇ ਬਿਆਨ ਨਾਲ ਬਹੁਤ ਵੱਡੀ ਜਿਹੜੀ ਆ ਉਹ ਚਰਚਾ ਜੁੜੀ ਹੋਈ ਸੀ ਅਸੀਂ ਕਿੱਥੇ ਆਖ ਲੋਤੇ ਹੋਏ ਆ ਪੰਜਾਬ ਦੇ ਸਾਰੇ ਕੰਮ ਰੁਕ ਗਏ ਹੋਏ ਆ ਲੋਕੀ ਆਸ ਕਰਦੇ ਸੀ ਕਿ 4 ਮਹੀਨਿਆਂ ਚ ਹੋ ਜਾਊਗਾ ਬਹੁਤ ਕੁਝ ਤੇ ਉਹ ਤੇ ਹੁਣ ਇੰਜ ਲੱਗਦਾ ਕਿ ਫਾਈਲਾਂ ਦੱਬੀਆਂ ਗਈਆਂ ਤੇ ਜਾਂ ਕੈਪਟਨ ਜਾਂ ਸਿੱਧੂ ਜਾਂ ਮਾਲੀ ਜਾਂ ਪਿਆਰੇ لال ਗਰਗ ਜਾਂ ਹਰੀਸ਼ रावत ਹੁਣ ਮੀਡੀਆ ਦੇ ਵਿੱਚ ਤੇ ਸਰਕਾਰ ਦੇ ਵਿੱਚ ਰਹੀ ਕੁਝ ਨਹੀਂ ਗਿਆ ਬਹੁਤ ਸਾਰੇ ਸਾਲ ਪਹਿਲਾਂ ਜਦੋਂ ਇੱਕ ਵਾਰੀ ਗਿੱਦੜਪਾਹ ਦੀ ਬਾਈ ਇਲੈਕਸ਼ਨ ਹੋਈ ਸੀ ਤੁਹਾਨੂੰ ਯਾਦ ਹੋਵੇ ਮਨਪ੍ਰੀਤ ਸਿੰਘ ਬਾਦਲੂਰੀ ਪਹਿਲੀ ਵਾਰੀ ਜਿੱਤੇ ਸੀ ਜਿੱਤੇ ਸੀ ਜੀ ਮੈਂ ਕੈਨੇਡਾ ਹੁੰਦਾ ਸੀ ਰੇਡੀਓ ਦੇ ਉੱਤੇ ਤੇ ਉਹ ਕਿਸੇ ਲੇਡੀਜ਼ ਦਾ ਫੋਨ ਆਇਆ ਅਜੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਮੈਂ ਕਿਹਾ ਜੀ ਕੀ ਉਹ ਕਹਿੰਦੇ ਗਿੱਦੜਪਾਹ ਕੀ ਆ ਉਹਨਾਂ ਨੂੰ ਨਹੀਂ ਸੀ ਪਤਾ ਜੀ ਉਹ ਕੋਈ ਦੂਜੇ ਏਰੀਆ ਦੇ ਹੁਣ ਮੈਂ ਕਹਾਂ ਜੀ ਉਹ ਕਹਿੰਦੇ ਜਿਹੜਾ ਜਿੱਥੇ ਲਾ ਲਈਦਾ ਜਿੱਦੜਵਾ ਕਿਦੜਵਾ ਹੁੰਦਾ ਕੀ ਕਹਿੰਦਾ ਜੀ ਹੋਰ ਕੋਈ ਗੱਲ ਨਹੀਂ ਸੁਣਦੀ ਹੁਣ ਜਿਹੜੀ ਤੁਹਾਡੀ ਗੱਲ ਠੀਕ ਹੈ ਵੀ ਇਹੀ ਕੁਝ ਆ ਰਿਹਾ ਮੈਨੂੰ ਇਹ ਲੱਗਦਾ ਮੈਨੂੰ ਇਹ ਲੱਗਦਾ ਇਟਸ ਆਲ ਸਕ੍ਰਿਪਟਡ ਜੀ ਠੀਕ ਹੈ ਨਾ ਜੀ ਤੁਸੀਂ ਆਪੇ ਹੀ ਕਹਤਾ ਨਾ ਧਿਆਨ ਡਾਈਵਰਟ ਹੋ ਗਿਆ ਜੀ ਜੀ ਕਿੱਥੇ ਗਿਆ ਤੁਸੀਂ ਸਿੱਟ ਦੀ ਕੋਈ ਸੁਣੀ ਆ ਮੁੜ ਕੇ ਉਸ ਤੋਂ ਬਾਅਦ ਬਰਗਾੜੀ ਵਾਲਾ ਸਿੱਟ ਹੋ ਗਿਆ ਸ਼ਟਡਾਉਨ ਹੋ ਗਈ ਨਛਾ ਵਾਲਾ ਵੀ ਹੋ ਗਿਆ ਨਛਾ ਵਾਲਾ ਵੀ ਹੋ ਗਿਆ ਸਾਰੇ ਮੁੱਦੇ ਹਾਂ ਤੁਸੀਂ ਦੇਖੋ ਬੱਸਾਂ ਦਾ ਇੱਕ ਵਾਰੀ ਨਿਕਲਣ ਲੱਗਿਆ ਸੀਗਾ ਉਹ ਹਾਈ ਕੋਰਟ ਦੇ ਵਿੱਚੋਂ ਜਦੋਂ ਵਾਪਸ ਲੈ ਲੈ ਕੇ ਉਹ ਕਿੱਥੇ ਖੜਾ ਜੀ ਇਹ ਉਡੀਕ ਕੀਤੀ ਜਾ ਰਹੀ ਹੈ ਨਾ ਕਿ ਕਦੋਂ ਚੋਣ ਦਾ ਆਪਤਾ ਲੱਗੇ ਤੇ ਕਦੋਂ ਸਾਡਾ ਖੜਾ ਇਹਦੇ ਤੋਂ ਛੁੱਟੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵਾਰੀ ਫੇਰ ਇਹ ਕੁਝ ਆ ਰਿਹਾ ਹੈ ਕਿ ਉਹੋ ਹੀ ਐਮਐਲਏ ਪਹਿਲਾਂ ਤਾਂ ਉਹ ਜਿਹੜੇ ਲੰਚ ਦੇ ਉੱਤੇ ਦੂਜੇ ਪਾਸੇ ਬੈਠੇ ਆ ਡਿਨਰ ਤੇ ਦੂਜੇ ਪਾਸੇ ਪਹੁੰਚ ਗਏ ਜੀ ਇੱਕ ਮੈਂ ਉਹ ਸਤਕਾਰ ਕੌਰ ਨੇ ਸ਼ਾਇਦ ਫਰੋਜ਼ਪੁਰ ਤੋਂ ਉਹਨਾਂ ਦਾ ਬਿਆਨ ਜਿਹੜਾ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਮੈਨੂੰ ਬੜਾ ਹਾਸਾ ਆਇਆ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਉਧਰ ਚਲੇ ਗਈ ਮੈਂ ਮੈਂ ਤਾਂ ਆਪਣੇ ਹਲਕੇ ਦੇ ਕੰਮ ਕਰਵਾਉਣੇ ਸੀ ਹੁਣ ਹਲਕੇ ਦੇ ਕੰਮ ਤਾਂ ਮੁੱਖ ਮੰਤਰੀ ਨੇ ਕਰਨੇ ਆ ਉਹਨਾਂ ਨੇ ਇਹ ਵੀ ਗੱਲ ਲਿਖੀ ਇੱਕ ਕਿ ਜਦੋਂ ਉਹ ਦੂਸਰੇ ਈਸ਼ੂ ਤੇ ਗੱਲ ਸ਼ੁਰੂ ਹੋਈ ਸੀ ਮੈਂ ਛੱਡ ਕੇ ਚਲੀ ਗਈ ਸੀ ਵਾਹ ਮੈਂ ਛੱਡ ਕੇ ਚਲੀ ਗਈ ਮੈਂ ਤਾਂ ਆਪਣੇ ਹਲਕੇ ਦੇ ਕੰਮ ਕਰਾਉਣ ਆ ਸੀ ਇਹਦਾ ਮਤਲਬ ਉਹਨੇ ਇਸ਼ਾਰਾ ਕੀਤਾ ਕਿ ਮੇਰੇ ਹਲਕੇ ਦੇ ਕੰਮ ਨਹੀਂ ਰੋਕੇ ਅਸੀਂ ਕਰਾ ਦਨੇ ਆ ਆ ਜਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਅੱਜ ਵੀ ਮੰਤਰੀ ਮੰਡਲ ਦੇ ਨਾਲ ਆਮੋ ਸਾਹਮਣੇ ਬੈਠ ਕੇ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਲੈਂਦੇ ਵਰਚੁਅਲ ਮੀਟਿੰਗ ਜਿਹੜੀ ਉਹ ਕਰ ਰਹੇ ਆ ਜਦੋਂ ਡਿਨਰ ਆ ਉਦੋਂ ਚਲੇ ਗਏ ਠੀਕ ਹੈ ਨਾ ਜੀ ਅੰਦਰ ਬੱਕਰਾ ਖਾਦਾ ਹੋਵੇ ਫਿਰ ਬਾਹਰ ਤਾਂ ਬੱਕਰੇ ਬੁਲਾਉਣੇ ਆ ਨਾ ਆ ਕੇ ਉਹ ਉਹ ਬਾਹਰ ਆ ਕੇ ਜਿਹੜੇ ਕਹਿ ਰਹੇ ਕਿ ਮਲਾਈ ਖਾਣ ਵਾਲੇ ਅੱਜ ਕਿੱਥੇ ਨੇ ਬਿਲਕੁਲ ਠੀਕ ਹੈ ਨਾ ਅੱਛਾ ਹੁਣ ਸਵਾਲ ਇਹ ਆ ਕਿ ਇਹ ਦੱਸੋ ਵੀ ਛਿੱਡੀ ਕਿਹਨੇ ਖਾਧੀ ਆ ਸਾਰੇ ਤਾਂ ਮਲਾਈ ਵਾਲੇ ਨੇ ਜੇ ਇਹ ਗਿਣਨਾ ਹੋਵੇ ਨਾ ਫਲਾ ਬੰਦੇ ਨੇ ਮਲਾਈ ਨਹੀਂ ਖਾਧੀ ਤੇ ਗੱਲ ਸਮਝ ਆਉਂਦੀ ਆ ਮਲਾਈਆਂ ਖਾਣ ਵਾਲੇ ਸਾਰੇ ਸੀਗੇ ਉਂਝ ਵੀ ਜਿਹੜਾ ਜਿਨੇ ਜ਼ਮੀਨ ਦੇ ਉੱਤੇ ਜਿਹੜਾ ਜੀ ਉਹ ਡਬਲ ਮੁਆਵਜ਼ਾ ਲਿਆ ਮੈਂ ਕਹੇ ਇਹ ਡਬਲ ਮੁਆਵਜ਼ੇ ਵਾਲਾ ਡਿਨਰ ਸੀਗਾ ਠੀਕ ਹੈ ਨਾ ਜੀ ਉੱਥੇ ਉਹ ਕੀਤੀ ਜਾ ਰਹੀ ਹੈ ਜਿਹੜੀ ਡਿਨਰ ਡਿਪਲੋਮੇਸੀ ਜਿਹੜੀ ਚੱਲ ਰਹੀ ਹੈ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਤਿੰਨ ਮੰਤਰੀ ਨਹੀਂ ਆਏ ਸਿੱਧੂ ਸਾਹਿਬ ਨੇ ਕੈਪਟਨ ਸਾਹਿਬ ਨੇ ਇੱਕ ਗੱਲ ਤੈਅ ਕਰ ਲਈ ਕਿ ਇੱਕ ਮੰਤਰੀ ਕਾਂਗਰਸ ਭਵਨ 'ਚ ਬਿਠਾਇਆ ਕਰੂ ਰੋਜ਼ ਹਾਲਾਂਕਿ ਕਾਂਗਰਸ ਭਵਨ ਦੇ ਵਿੱਚ ਬਿਠਾਉਣਾ ਐਥਿਕਲੀ ਗਲਤ ਹੈ ਉਹ ਮੰਤਰੀ ਪੰਜਾਬ ਦੇ ਨੇ ਕਾਂਗਰਸ ਦੇ ਨਹੀਂ ਠੀਕ ਹੈ ਨਾ ਜੀ ਉਹ ਸੈਕਟਰੀਏਟ 'ਚ ਬੈਠਣ ਜਾ ਕੇ ਉਹ ਇੱਥੇ ਕਾਂਗਰਸ ਭਵਨ ਦੇ ਵਿੱਚ ਕਿਉਂ ਬੈਠਦੇ ਨੇ ਚਲੋ ਬਹਿਣ ਲੱਗ ਗਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਥੇ ਵੀ ਨਹੀਂ ਗਏ ਨਾ ਉਹਨਾਂ ਨੇ ਕਿਸੇ ਨੂੰ ਜਿਹੜਾ ਜੀ ਉਹ ਭੇਜਿਆ ਮਤਲਬ ਕਿ ਪੰਜਾਬ ਤੁਸੀਂ ਇਹ ਕਹਿ ਰਹੇ ਹੋ ਕਿ ਅਸੀਂ ਇਸ਼ੂਜ਼ ਉਠਾ ਰਹੇ ਹਾਂ ਇਸ਼ੂਜ਼ ਦੀ ਇਹ ਰਾਜਨੀਤੀ ਆ ਇਸ਼ੂਜ਼ ਨੂੰ ਤਾਂ ਤੁਸੀਂ ਦੱਬ ਰਹੇ ਹੋ ਸਾਰੇ ਰਲ ਕੇ ਪੰਡਾ ਸਾਹਿਬ ਇਹ ਗੱਲ ਬਹੁਤ ਜਾਇਜ਼ ਲੱਗਦੀ ਤੁਹਾਡੀ ਵੀ ਪਹਿਲਾਂ ਵੀ ਗੱਲ ਹੋਈ ਸੀ ਇਹ ਕਿ ਨਾ ਇੱਕ ਸਕ੍ਰਿਪਟ ਬਣਾ ਲਈ ਗਈ ਆ ਕਿ ਇੱਕ ਐਪੀਸੋਡ ਤੋਂ ਬਾਅਦ ਫਿਰ ਦੂਸਰਾ ਸ਼ੁਰੂ ਕਰ ਲੋ ਜੇ ਦੂਸਰਾ ਛੇਤੀ ਹੋ ਜਾਂਦਾ ਫਿਰ ਤੀਸਰਾ ਸ਼ੁਰੂ ਕਰ ਲੋ ਤਾਂ ਕਿ ਆਪਾਂ ਟਾਈਮ ਜਿਹੜਾ ਉਹ ਪਾਸ ਕਰਦੇ ਜੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਤੁਸੀਂ ਦੇਖੋ ਬਾਡੀ ਲੈਂਗੁਏਜ ਹੀ ਬਦਲ ਗਈ ਆ ਵੀ ਸਾਢੇ 4 ਸਾਲੋਂ ਬਾਅਦ ਨਹੀਂ ਨਿਕਲੇ ਬੜੇ ਖਾਸ ਮੌਕਿਆਂ ਤੇ ਤਿੰਨ ਚਾਰ ਵਾਰੀ ਔਰ ਕੋਵਿਡ ਦੇ ਦੌਰਾਨ ਤਾਂ ਬਿਲਕੁਲ ਹੀ ਨਹੀਂ ਨਿਕਲੇ ਹੋ ਹੁਣ ਵੇਖੋ ਉਹ ਰਜਿੰਦਰ ਕੌਰ ਪਟਲੋਂਾਂ ਦੇ ਘਰੇ ਵੀ ਚਲੇ ਗਏ ਉਹਨਾਂ ਦੇ ਨਾਲ ਚਾਹ ਦਾ ਕੱਪ ਸਾਂਝਾ ਕਰਕੇ ਆਏ ਜਿਨ੍ਹਾਂ ਦੇ ਨਾਲ ਉਹਨਾਂ ਦੀ ਬਿਲਕੁਲ ਕਾਂਡੇ ਦੀ ਟੱਕਰ ਸੀਗੀ ਉਹ ਮੂੰਹ ਬੋਲੀ ਭੈਣ ਦਾ ਅੱਛਾ ਤੁਸੀਂ ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ ਕਿ ਪਿਛਲੇ ਦਿਨਾਂ ਦੇ ਵਿੱਚ ਪੈਰਾ 올림픽ਸ ਦੇ ਜਿਹੜੇ ਪੈਰਾ ਐਥਲੀਟਸ ਨੇ ਉਹਨਾਂ ਨੇ ਬਹੁਤ ਵੱਡਾ ਵਿਰੋਧ ਕੀਤਾ ਉਹ ਉਹਨਾਂ ਦੇ ਘਰ ਤੱਕ ਪਹੁੰਚ ਗਏ ਉਹਨਾਂ ਨੂੰ ਸੀਐਮ ਸਾਹਿਬ ਮਿਲਣ ਨਹੀਂ ਆਇਆ ਸਿਰਫ ਮੋਬਾਈਲ ਦੇ ਉੱਤੇ ਜਿਹੜੀ ਉਹ ਗੱਲ ਕੀਤੀ ਲੇਕਿਨ ਕੱਲ ਜਦੋਂ ਪੀਐਫ ਦੇ ਯੂਨੀయన్స్ ਵਾਲੇ ਇੰਪਲਾਈਜ਼ ਲਈ ਅਨਾਉਂਸ ਕੀਤਾ ਉਹਨਾਂ ਨੇ ਇਹ ਨਵੀਆਂ ਜਿਹੜੀਆਂ ਪੇ ਕਮਿਸ਼ਨ ਦਾ ਲਾਗੂ ਕੀਤਾ ਤੇ ਉਹਦੇ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਜਿਹੜੀ ਕੀਤੀ ਹੈ ਉਹ ਧੰਨਵਾਦ ਕਰਨ ਲਈ ਇੰਪਲਾਈਸ ਪਹੁੰਚੇ ਤੇ ਉਹਨਾਂ ਨੂੰ ਕੈਪਟਨ ਸਾਹਿਬ ਮਿਲਣ ਵਾਸਤੇ ਆਪ ਚਲੇ ਗਏ ਉਹਨਾਂ ਦੇ ਨਾਲ ਖਲੋ ਕੇ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਨੇ ਵੀ ਜੋ ਮੈਂਬਰ ਪਾਰਲੀਮੈਂਟ ਨੇ ਉਹ ਵੀ ਉੱਥੇ ਪਹੁੰਚੇ ਔਰ ਪ੍ਰਨੀਤ ਕੌਰ ਜੀ ਪਹਿਲਾਂ ਕਦੇ ਨਹੀਂ ਬੋਲੇ ਇਸ ਵਾਰ ਸਿੱਧੂ ਦੇ ਵੀ ਚੰਗਾ ਡਟ ਕੇ ਉਹ ਖਿਲਾਫ ਬੋਲੇ ਸੋ ਇਹਦਾ ਮਤਲਬ ਇਹ ਹੈ ਕਿ ਸੱਚਮੁੱਚ ਅੰਦਰਲੇ ਪਾਸੇ ਸਿੱਧੂ ਨੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਗੜਬੜ ਕਰ ਦਿੱਤੀ ਬਹੁਤ ਵੱਡੇ ਪੱਧਰ ਤੇ ਕਿ ਸਰਕਾਰ ਹਿੱਲ ਗਈ ਹੈ ਤੇ ਕੈਪਟਨ ਦਾ ਕੈਂਪ ਵੀ ਜਿਹੜਾ ਉਹ ਹਿੱਲ ਗਿਆ ਹੈ ਕਿਉਂਕਿ ਤਾਂ ਹੀ ਇਹਨਾਂ ਨੂੰ ਕੁਝ ਕਰਨਾ ਪਿਆ ਨਾ ਉਹਨਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਇਹ ਹੁਣ ਕਿਸੇ ਪਾਸੇ ਜਿਵੇਂ ਕੱਲ ਸਿੱਧੂ ਸਾਹਿਬ ਨੇ ਅੰਮ੍ਰਿਤਸਰ ਵਿੱਚ ਕਹਿ ਦਿੱਤਾ ਕਿ ਮੈਂ ਤਾਂ ਇਟ ਨਾਲ ਇਟ ਖੜਕਾ ਦੂੰਗਾ ਜੇਕਰ ਮੈਨੂੰ ਫੈਸਲੇ ਲੈਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਔਰ ਉਧਰ ਮਾਲੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਇਕ ਤਾਂ ਜਿਹੜੀ ਗੱਲ ਵੀ ਅਜੇ ਵੀ ਸਾਈਨ ਜਿਹੜੇ ਉਹ ਲੱਗੇ ਆ ਵੀ ਜਿਹੜੀ ਸਰੀਰਕ ਦੂਰੀ ਬਣਾ ਕੇ ਰੱਖੋ ਮਾਸਪਾ ਤੁਸੀਂ ਇਹ ਸਾਰੇ ਬਗਲਗੀਰ ਹੁੰਦੇ ਦੇਖਿਆ ਸਾਰੇ ਜੱਫੀਆਂ ਵੀਡੀਓ ਦੇ ਵਿੱਚ ਅਸੀਂ ਤਾਂ ਹੱਥ ਨਹੀਂ ਮਲਾਉਂਦੇ ਅੱਜ ਵੀ ਨਹੀਂ ਹੱਥ ਮਲਾਉਂਦੇ ਉਹ ਦੂਰੋਂ ਹੱਥ ਜਿਹੜੇ ਜੋੜ ਦਈਦੇ ਆ ਕਈ ਵਾਰੀ ਸਗੋ ਅਜੀਬ ਲੱਗ ਮੈਂ ਆਇਆ ਤੁਸੀਂ ਜਿਵੇਂ ਆਏ ਮੈਨੂੰ ਇਹ ਲੱਗਿਆ ਕਿ ਤੁਸੀਂ ਹੈਂਡ ਸ਼ੇਕ ਕਰੋ ਮੈਂ ਤੁਹਾਨੂੰ ਪਿੱਛੇ ਹਟ ਗਿਆ ਵੀ ਤੁਸੀਂ ਹੈਂਡ ਸ਼ੇਕ ਨਾ ਕਰ ਲਿਆ ਆਪਣੇ ਆਪ ਨੂੰ ਥੋੜਾ ਫੀਲ ਹੁੰਦਾ ਬਚਾਉਂਦਾ ਜੀ ਆਪਾਂ ਆਦਤ ਪੈ ਗਈ ਨਾ ਆਦਤ ਪੈ ਗਈ ਉਹ ਬਗਲਗੀਰ ਹੋ ਰਹੇ ਨੇ ਸਿੱਧੂ ਸਾਹਿਬ ਕਹਿੰਦੇ ਮੈਂ ਹੱਟਣਾ ਏ ਟ ਕਿਤਨਾ ਖੜਕਾਉਣੀ ਆ ਅੰਮ੍ਰਿਤਸਰ ਨਾਲ ਖੜਕਾਉਣੀ ਆ ਪਟਿਆਲੇ ਨਾਲ ਖੜਕਾਉਣੀ ਆ ਚੰਡੀਗੜ੍ਹ ਨਾਲ ਖੜਕਾਉਣੀ ਆ ਦੇਹਰਾਦੂਨ ਨਾਲ ਖੜਕਾਉਣੀ ਆ ਤੇ ਦਿੱਲੀ ਨਾਲ ਖੜਕਾਉਣੀ ਆ ਕਿਉਂਕਿ ਇੰਨੀ ਆ ਤਾਂ ਥਾਵਾਂ ਆ ਗਈ ਆ ਅੰਮ੍ਰਿਤਸਰ ਤੋਂ ਜਿੱਤੇ ਇਹਨੇ ਪਟਿਆਲੇ ਹੋ ਰਹਿੰਦੇ ਆ ਚੰਡੀਗੜ੍ਹ ਰਾਜਤਾ ਨਹੀਂ ਆ ਦੇਹਰਾਦੂਨ ਹਰੀਸ਼ रावत ਨੇ ਤੇ ਦਿੱਲੀ ਉਹਨਾਂ ਦੀ ਹਾਈ ਕਮਾਂਡ ਆ ਹਾਂ ਕਿਹਦੀ ਇੱਟ ਨਾਲ ਇੱਟ ਜਿਹੜੀ ਆ ਉਹ ਖੜਕਾਉਣੀ ਆ ਅ ਜਿਹੜੇ ਸਲਾਹਕਾਰ ਉਹਨਾਂ ਨੇ ਰੱਖੇ ਸੀਗੇ ਸਲਾਹ ਦੇਣ ਲਈ ਰੱਖੇ ਸੀਗੇ ਉਹ ਸਟੇਟਸ ਤੱਕ ਸੀਮਤ ਹੋ ਕੇ ਰਹਿ ਗਏ ਆਪਣੇ ਫੇਸਬੁੱਕ ਦੇ ਠੀਕ ਹੈ ਨਾ ਜੀ ਇਹ ਠੀਕ ਹੈ ਕਿ ਉਹਨਾਂ ਨੂੰ ਲਾਈਕਸ ਵਗੈਰਾ ਕਾਫੀ ਮਿਲ ਗਈਆਂ ਹੋਣੀਆਂ ਕਿਉਂਕਿ ਪੜਨ ਲੱਗੇ ਲੋਕ ਉਹਨਾਂ ਨੂੰ ਵੀ ਕੀ ਜਿਹੜਾ ਉਹਨਾਂ ਨੇ ਲਿਖਿਆ ਅੱਜ ਉਹਨਾਂ ਨੇ ਕੀ ਕਿਹਾ ਤਾਂ ਉਹ ਕਹਿੰਦੇ ਹੁਣ ਡਾਕਟਰ ਪਿਆਰੇ لال ਗਰਗ ਉਹਨਾਂ ਦਾ ਮੈਂ ਉਹ ਕਹਿੰਦੇ ਵੀ ਤੁਸੀਂ ਕਿਹੜਾ ਸਾਨੂੰ ਜਿਹੜੇ ਲੈਟਰ ਦਿੱਤੇ ਹੋਏ ਸੀਗੇ ਅਪਾਇੰਟਮੈਂਟ ਲੈਟਰ ਦਾ ਜੇ ਤੁਸੀਂ ਕਿਹੜਾ ਸਾਨੂੰ ਤਨਖਾਹ ਦਿੰਦੇ ਸੀ ਜੀ ਤੋਂ ਅਸੀਂ ਅਸਤੀਫਾ ਦੇ ਗਏ ਅਸੀਂ ਤਾਂ ਇਹ ਕਹਿੰਨੇ ਆ ਵੀ ਜਿਹੜੀ ਅਸੀਂ ਹਾਮੀ ਭਰੀ ਸੀ ਸਲਾਹ ਦੇਂਦੀ ਅਸੀਂ ਹਾਮੀ ਵਾਪਸ ਲੈਨੇ ਆ ਹਾਮੀ ਵਾਪਸ ਲੈ ਹਾਮੀ ਉਹਨਾਂ ਹਾਮੀ ਰੜੀ ਆ ਉਹ ਵਾਪਸ ਲੈ ਲਈ ਆ ਉਹਨਾਂ ਨੇ ਪੰਨੂ ਸਾਹਿਬ ਸਿੱਧੂ ਸਾਹਿਬ ਇਸ ਮਾਮਲੇ ਚ ਬਹੁਤ ਤੇਜ਼ ਨਹੀਂ ਚੱਲ ਗੇ ਬਿਫਟਾਫਟ ਸਲਾਹਕਾਰ ਲਾ ਦਿਓ ਜੀ ਹੁਣ ਜਿਹੜਾ ਉਹ ਸਟ੍ਰੈਟਜਿਸ ਵਾਲਾ ਲਾ ਦਿਓ ਜੀ ਇਹ ਪੋਲੀਟੀਕਲ ਸਲਾਹਕਾਰ ਹੋਣਗੇ ਦੂਸਰੇ ਹੋਣਗੇ ਉਹ ਹੁਣ ਉਹਨਾਂ ਨੂੰ ਪੁੱਠਾ ਪੈਂਦਾ ਲੱਗਦਾ ਮੈਨੂੰ ਲੱਗਦਾ ਹੈ ਕਿ ਬਹੁਤ ਕਾਲੀ ਕਰ ਗਏ ਸਿੱਧੂ ਸਾਹਿਬ ਕਿਉਂਕਿ ਉਹ ਉਹਨਾਂ ਨੂੰ ਲੱਗਦਾ ਵੀ ਮੈਂ ਵਿਕਟ ਤੇ ਖੜਾ ਆਇਆ ਤੇ ਬੋਲ ਆਈ ਤੇ ਮੈਂ ਠਾਹ ਮਾਰਿਆ ਤੇ ਛੱਕਾ ਹੀ ਵਜਣਾ ਇਹ ਕੋਈ ਜ਼ਰੂਰੀ ਨਹੀਂ ਛੱਕਾ ਵਜੇ ਕਈ ਵਾਰੀ ਉਹ ਬੈਟ ਦਾ ਬਾਰੀ ਬਲਾ ਲੈ ਕੇ ਬੰਦੇ ਨੂੰ ਆਊਟ ਵੀ ਕਰਾ ਦਿੰਦੀ ਆ ਇੱਥੇ ਤਾਂ ਬੜੈਤ ਸਾਹਿਬ ਲੋਕੀ ਬਹੁਤਾ ਕੇਅਰ ਨਹੀਂ ਕਰਦੇ ਪਰ ਜੇਰੋਂ ਤੁਸੀਂ ਬਾਹਰਲੇ ਮੁਲਕਾਂ 'ਚ ਟੈਸਟ ਦੇਣਾ ਹੁੰਦਾ ਨਾ ਕਾਰ ਦਾ ਹੂੰ ਤਾਂ ਉਹ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਫੇਲ ਹੋ ਜਾਂਦੇ ਹੋ ਤੁਸੀਂ ਬਹਿ ਕੇ ਪਹਿਲਾਂ ਸੀਟ ਬੈਲਟ ਲਾਉਣੀ ਆ ਫਿਰ ਤੁਸੀਂ ਜਿਹੜੇ ਸਾਈਡ ਮਿਰਰ ਨੇ ਉਹ ਸੈੱਟ ਕਰਨੇ ਆ ਫਿਰ ਜਿਹੜਾ ਰੀਅਰ ਮਿਰਰ ਆ ਉਹਨੂੰ ਤੁਸੀਂ ਸੈੱਟ ਕਰਨਾ ਮਤਲਬ ਕਿ ਕਾਰ ਚਲਾਉਣ ਲੱਗਿਆ ਵੀ ਇੰਨਾ ਕੁ ਟਾਈਮ ਲੱਗਦਾ ਤੁਹਾਨੂੰ ਇਹ ਤਾਂ ਪਾਰਟੀ ਚ ਲਾਉਣੀ ਸੀ ਠੀਕ ਹੈ ਨਾ ਜੀ ਸਾਈਡ ਮਿਰਰ ਚੈੱਕ ਕਰਨੇ ਚਾਹੀਦੇ ਸੀਗੇ ਰੀਅਰ ਮਿਰਰ ਚੈੱਕ ਕਰਦੇ ਪਿੱਛੋਂ ਦਾ ਨਹੀਂ ਹਮਲਾ ਹੋ ਰਿਹਾ ਕੋਈ ਇਹਦੇ ਵਾਸਤੇ ਕੁਝ ਦਿਨ ਉਹਨਾਂ ਨੂੰ ਪਾ ਕੇ ਆਪਾਂ ਪਹਿਲਾਂ ਵੀ ਇਸ ਪ੍ਰੋਗਰਾਮ ਚ ਗੱਲ ਕੀਤੀ ਸੀ ਇੱਕ ਵਾਰੀ ਕਿ ਪੰਜਾਬ ਦੇ ਕਿਸੇ ਵਰਗ ਨੂੰ ਉਹ ਸੱਦਾ ਮਾਰ ਲੈਣ ਕਿ ਪੰਜਾਬ ਦੇ ਵਾਸਤੇ ਮੈਨੂੰ ਸਲਾਹ ਚਾਹੀਦੀ ਹੈ ਕਿਹੜਾ ਵਰਗ ਹੈ ਜਿਹੜਾ ਉਹਨਾਂ ਨੂੰ ਨਾ ਕਰੂਗਾ ਕਿਸੇ ਨੇ ਨਾ ਨਹੀਂ ਉਹਨਾਂ ਨੂੰ ਕਰਨੀ ਸਿੱਧੂ ਸਾਹਿਬ ਈ ਨੇਤਾ ਨੇ ਮੈਨੂੰ ਇਹ ਕੰਟ ਕੋਈ ਹਿਚਕਤਾ ਹਟ ਨਹੀਂ ਜਿਵੇਂ ਸੁਖਪਾਲ ਸਿੰਘ ਖਾਰਾ ਟੀਵੀ ਨੇਤਾ ਇਲੈਕਟ੍ਰੋਨਿਕ ਨੇਤਾ ਠੀਕ ਹੈ ਨਾ ਗਰਾਊਂਡ ਨੇਤਾ ਨਹੀਂ ਹੈਗੇ ਗਰਾਊਂਡ ਦੇ ਉੱਤੇ ਜੇ ਉਹ ਨਿਕਲਦੇ ਉਹ ਡਿਸਟ੍ਰਿਕਟ ਵਾਈਜ਼ ਤਰਪਣ ਹਮ ਵੀ ਮੈਂ ਬੈਠਾ ਜੀ ਆਓ ਤੁਸੀਂ ਮੈਨੂੰ ਸਲਾਹ ਦਿਓ ਉਹਦੇ ਵਿੱਚ ਡਾਕਟਰ ਸ਼ਾਮਲ ਕੀਤੇ ਜਾ ਸਕਦੇ ਆ ਉਹਦੇ ਵਿੱਚ ਪ੍ਰੋਫੈਸਰ ਸ਼ਾਮਲ ਕੀਤੇ ਜਾ ਸਕਦੇ ਆ ਉਹਦੇ ਵਿੱਚ ਪੱਤਰਕਾਰ ਸ਼ਾਮਲ ਕੀਤੇ ਜਾ ਸਕਦਾ ਮੈਨੂੰ ਸਲਾਹ ਦਿਓ ਵੱਖੋ ਵੱਖਰੇ ਜਿਹੜੀ ਚੀਜ਼ਾਂ ਨੇ ਉਹਦੇ ਉੱਤੇ ਕਿ ਅਸੀਂ ਕਿਵੇਂ ਕਿਹੜੇ ਤਰੀਕੇ ਦੇ ਨਾਲ ਚੱਲੀਏ ਤੁਸੀਂ ਜਿਹੜੇ ਸਲਾਹਕਾਰ ਇੱਕਦਮ ਦਾਏ ਬਿਲਕੁਲ ਕਾਲੀ ਕੀਤੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਦੇਖੋ ਮੁਹੰਮਦ ਮੁਸਤਾਫਾ ਹੋਰਾਂ ਦੇ ਬਾਰੇ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਨੇ ਨਾਲ ਦੀ ਨਾਲ ਹੀ ਕਹਿ ਦਿੱਤਾ ਬਿਲਕੁਲ ਬਿਲਕੁਲ ਫਿਰ ਦੁਬਾਰਾ ਉਹਨਾਂ ਨੂੰ ਇੱਕ ਵੱਖਰਾ ਕ੍ਰੀਏਟ ਕਰਕੇ ਉਹਦਾ ਜਿਹੜਾ ਤੁਸੀਂ ਉਹ ਦੇ ਰਹੇ ਹੋ ਠੀਕ ਹੈ ਨਾ ਜੀ ਬਾਅਦ ਵਿੱਚ ਜਿਹੜੇ ਲਾਏਗੇ ਕੁਝ ਪੱਤਰਕਾਰ ਤੁਸੀਂ ਲਾਓ ਇਦਾਂ ਦੀ ਪਰ ਮੇਰੇ ਜਾਚੇ ਜਿਹੜੇ ਪੱਤਰਕਾਰ ਇਦਾਂ ਲਾਉਣੇ ਨਾ ਬੜਾ ਸਾਬ ਇਹ ਇੱਕ ਕਿਸਮ ਦੇ ਨਾਲ ਇੱਕ ਨਵਾਂ ਰੁਝਾਨ ਚੱਲ ਪੂਗਾ ਨਾ ਬਲਕਿ ਗਲਤ ਗੱਲ ਹੈ ਗਲਤ ਗੱਲ ਹੈ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਕਿਉਂਕਿ ਤੁਸੀਂ ਉਂਝ ਕਿਸੇ ਨੂੰ ਚਾਹੇ ਜਿਹਨੂੰ ਮਰਜ਼ੀ ਹੁਣ ਤੁਹਾਨੂੰ ਕਿੰਨੀ ਦੇਰ ਜਿਹੜੀ ਹੋ ਗਈ ਇਸ ਖੇਤਰ ਦੇ ਵਿੱਚ ਕੋਈ ਵੀ ਤੁਹਾਨੂੰ ਪੁੱਛੇ ਕਿ ਮੈਂ ਤਾਂ ਉਥੋਂ ਸਲਾਹ ਲੈਣੀ ਆ ਉਂਝ ਬਿਲਕੁਲ ਕੋਈ ਵੀ ਜਿਹੜਾ ਸਲਾਹ ਦੇਣ ਦੇ ਵਾਸਤੇ ਤਿਆਰ ਆ ਪਰ ਇਦਾਂ ਦੀਆਂ ਜੌਬਸ ਜਿਹੜੀਆਂ ਉਹ ਕ੍ਰੀਏਟ ਕਰਕੇ ਤੁਸੀਂ ਉਹਨਾਂ ਕੁਝ ਪੱਤਰਕਾਰਾਂ ਨੂੰ ਇਹ ਸੱਦਾ ਦੇ ਰਹੇ ਹੋ ਵੀ ਚਾਪਲੂਸੀ ਕਰੋ ਫਿਰ ਮਿਲੂਗੀ ਠੀਕ ਹੈ ਪੰਨੂ ਸਾਹਿਬ ਤੁਹਾਨੂੰ ਇੰਜ ਨਹੀਂ ਲੱਗਦਾ ਮੈਨੂੰ ਹੁਣੇ ਤੁਹਾਡੇ ਗੱਲ ਤੋਂ ਗੱਲ ਨਿਕਲੀ ਕਿ ਜਿਹੜਾ ਪ੍ਰਧਾਨ ਹੈ ਪਾਰਟੀ ਦਾ ਉਹਦਾ ਕੰਮ ਹੈ ਪਾਰਟੀ ਕਾਡਰ ਨੂੰ ਕੰਟਰੋਲ ਕਰਨਾ ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਗਰਾਊਂਡ ਲੈਵਲ ਤੇ ਜਿਹੜੇ ਉਹ ਜਾ ਕੇ ਗੱਲ ਕਰਨੀ ਔਰ ਸਰਕਾਰ ਦੇ ਨਾਲ ਤਾਲਮੇਲ ਰੱਖਣਾ ਤਾਂ ਕਿ ਸਰਕਾਰ ਦੀਆਂ ਪਾਲਿਸੀਆਂ ਲੋਕਾਂ ਤੱਕ ਪਹੁੰਚਦੀਆਂ ਹੋਣ ਜੇ ਕਿਤੇ ਵਰਕਰਾਂ ਦੀ ਕੋਈ ਸਮੱਸਿਆ ਹੈ ਤੇ ਉਹ ਹੱਲ ਕਰਾਉਣੀ ਇੱਕ ਕੋਆਰਡੀਨੇਸ਼ਨ ਵਾਲੀ ਗੱਲ ਹੈ ਪਰ ਇੱਥੇ ਇੰਜ ਲੱਗ ਰਿਹਾ ਸੀ ਕਿ ਸਿੱਧੂ ਸਾਹਿਬ ਆਪਣੇ ਆਪ ਨੂੰ ਸਟੈਬਲਿਸ਼ ਇੰਜ ਕਰਨਾ ਚਾਹੁੰਦੇ ਸੀਗੇ ਕਿ ਉਹ ਇੱਕ ਵੱਖਰੀ ਸਰਕਾਰ ਹੈ ਉਹਨਾਂ ਦੀ ਤੇ ਉਹਦੇ ਨਾਲ ਉਹਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਤੇ ਨਾਲ ਉਹਦੇ ਸਲਾਹਕਾਰ ਵੀ ਲੱਗ ਗਿਆ ਤੇ ਉਹਦੇ ਤੋਂ ਇਹ ਲੱਗ ਰਿਹਾ ਸੀ ਵੀ ਇੱਕ ਵੱਖਰੀ ਪੈਰਲਲ ਸਰਕਾਰ ਵੀ ਇੱਕ ਦਿਨ ਇੰਜ ਹੋਏਗਾ ਵੀ ਕੈਪਟਨ ਸਾਹਿਬ ਲਾ ਦੇਣਗੇ ਤੇ ਸਿੱਧੂ ਸਾਹਿਬ ਮੁੱਖ ਮੰਤਰੀ ਬਣ ਜਾਣਗੇ ਉਹ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਦੇਣਾ ਚਾਹੁੰਦੇ ਸੀ ਜਾਂ ਉਹਨਾਂ ਨੂੰ ਇਸ ਗੱਲ ਦਾ ਭਰਮ ਹੈ ਕਿ ਮੈਂ ਪਾਵਰ 'ਚ ਆਉਣਾ ਹੈ ਤੇ ਮੈਂ ਆਪਣੇ ਆਪ ਨੂੰ ਇੰਜ ਪ੍ਰੋਜੈਕਟ ਕਰਨਾ ਹੈਗਾ ਉਹ ਪੰਜਾਬੀ ਚ ਕਹਾਵਤ ਹੈ ਨਾ ਕਾਲੀ ਅੱਗੇ ਟੋਏ ਡਿੱਗ ਡਿੱਗ ਪੈਣ ਨਵੇਂ ਨਰੋਏ ਮੈਂ ਤਾਂ ਸਿੱਧੂ ਸਾਹਿਬ ਤੇ ਇਹ ਗੱਲ ਜਿਹੜੀ ਆ ਪੂਰੀ ਤਰ੍ਹਾਂ ਲਾਗੂ ਹੋਈ ਆ ਔਰ ਉਹਦਾ ਨੁਕਸਾਨ ਜਿਹੜਾ ਉਹ ਸਾਰਾ ਪੰਜਾਬ ਨੂੰ ਹੋਇਆ ਪੰਜਾਬ ਦੇ ਬਹੁਤ ਸਾਰੇ ਕੰਮ ਰੁਕ ਗਏ ਹੋਇਆ ਦਫ਼ਤਰਾਂ ਦੇ ਕੰਮ ਰੁਕੇ ਆ ਸੈਕਟਰੀਏਟ ਦੇ ਕੰਮ ਜਿਹੜੇ ਆ ਰੁਕੇ ਪਏ ਆ ਕਿਉਂਕਿ ਮੰਤਰੀ ਤੇ ਬੈਠਦੇ ਨਹੀਂ ਉਹ ਤੇ ਲੱਗੇ ਹੋਇਆ ਕਿ ਚੋ ਤਾਂ ਕਿਤੇ ਡਿਨਰ ਆ ਕਦੇ ਉਹਨਾਂ ਨੇ ਦੇਹਰਾदून ਜਾਣਾ ਕਦੇ ਦਿੱਲੀ ਜਾਣਾ ਬਾਕੀ ਮੰਤਰੀਆਂ ਦਾ ਵੀ ਇਹੀ ਹਾਲ ਹੈ ਇਹਦੇ ਨਾਲ ਲੋਕਾਂ ਦਾ ਟਾਈਮ ਖਰਾਬ ਹੋ ਰਿਹਾ ਸਿਸਟਮ ਜਿਹੜਾ ਉਹ ਗੜਬੜ ਹੋ ਰਿਹਾ ਬਿਲਕੁਲ ਜੀ ਉਹ ਗੱਡ ਪਹਿਲਾਂ ਹੀ ਫਸੀ ਹੋਈ ਆ ਚਿਕੜ ਚ ਉਹ ਹੋਰ ਰੁਕ ਰਹੀ ਹੁਣ ਤਾਂ ਉਹਨੂੰ ਕੱਢਣ ਦੇ ਯਤਨ ਵੀ ਨਹੀਂ ਨਹੀਂ ਹੋ ਰਹੇ ਤੁਹਾਡੀ ਗੱਲ ਇਹ ਠੀਕ ਹੈ ਕਿ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਜਿਹੜਾ ਵਰਕਰ ਹੈ ਕਾਂਗਰਸ ਦਾ ਉਹ ਉਹ ਨਿਰਾਸ਼ ਹੈ ਇਹ ਕਿਹਾ ਜਾਂਦਾ ਨਾ ਕਾਂਗਰਸੀਆਂ ਵੱਲੋਂ ਕਿ ਉਹ ਨਿਰਾਸ਼ ਹੈ ਜੀ ਸਾਢੇ 4 ਸਾਲ ਹੁਣ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਨਹੀਂ ਮਿਲੇ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਹੀ ਨਹੀਂ ਨਿਕਲੇ ਜਦੋਂ ਉਹ ਕਹਾਵਤ ਹੈ ਕਿ ਸਾਡਾ ਵੀ ਇਹ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਤੁਸੀਂ ਦੱਸੋ ਇਹ ਇਹ ਆਰਟੀਆਈ ਦੇ ਰਾਹੀਂ ਹੋ ਸਕਦਾ ਕਿ ਨਿਕਲ ਆਵੇ ਕਿ ਕਿਹੜਾ ਮੰਤਰੀ ਕਿੰਨੇ ਦਿਨ ਦਫ਼ਤਰ ਗਿਆ ਦਫ਼ਤਰ ਤਾਂ ਆਪਾਂ ਆਪਾਂ ਕਰਦੇ ਰਹੇ ਆ ਜਦੋਂ ਮੁੱਖ ਮੰਤਰੀ ਸਾਹਿਬ ਨਹੀਂ ਗਏ ਤੇ ਮੰਤਰੀ ਕਿਉਂ ਉੱਥੇ ਜਿਹੜਾ ਦੀ ਜਾਣਗੇ ਇਸ ਕਰਕੇ ਇਹ ਗਿਣਨਾ ਜਿਹੜਾ ਚਾਹੀਦਾ ਸੀਗਾ ਧੇਰ ਪਹਿਲਾਂ ਗਿਣ ਜਾਣਾ ਚਾਹੀਦਾ ਸੀ ਇਸ ਗੱਲ ਦੀ ਉਮੀਦ ਸੀ ਕਿ ਸਿੱਧੂ ਸਾਹਿਬ ਦੇ ਆਉਣ ਦੇ ਨਾਲ ਘੱਟੋ ਘੱਟ ਮੈਂ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਜੇ ਜਦੋਂ ਇਹ ਅਹੁਦਾ ਛੱਡ ਕੇ ਗਏ ਜਦੋਂ ਮੌਨ ਧਾਰ ਲਿਆ ਸੀ ਇਹਨਾਂ ਨੇ 2 ਸਾਲ ਦੇ ਵਾਸਤੇ ਲਗਭਗ ਜੇ ਉਦੋਂ ਚੁੱਪ ਕਰਕੇ ਡਿਸਟ੍ਰਿਕਟ ਵਾਈਜ਼ ਨਿਕਲ ਲੈਂਦੇ ਤੇ ਪੰਜਾਬ ਦੇ ਵਿੱਚ ਸਰਕਾਰ ਗਿੜਨੀ ਸ਼ੁਰੂ ਹੋ ਜਾਣੀ ਸੀ ਉਦੋਂ ਹੀ ਪੰਜਾਬ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਸੀਗਾ ਉਹ ਅੰਦਰ ਵੜ ਗਏ ਬੋਲੇ ਨਹੀਂ ਸਰਕਾਰ ਅੰਦਰ ਵੜ ਗਈ ਮੁੱਖ ਮੰਤਰੀ ਸਾਹਿਬ ਅੰਦਰ ਵੜ ਗਏ ਉਹ ਬਾਹਰ ਨਹੀਂ ਨਿਕਲੇ ਜਿਹਦੇ ਨਾਲ ਪੰਜਾਬ ਇਹਨਾ ਪਛੜ ਗਿਆ ਜਿਹੜਾ ਇੱਕ ਹੁੰਦਾ ਉਹਨਾਂ ਦੀ ਨਲਾਇਕ ਸਟੂਡੈਂਟ ਉਹਨੇ ਪੜਿਆ ਤਾਂ ਹੁੰਦਾ ਨਹੀਂ ਪੂਰਾ ਸਾਲ ਉਹਨੇ ਬੰਕ ਮਾਰਿਆ ਹੁੰਦੇ ਆ ਜਦੋਂ ਡੇਟ ਸ਼ੀਟ ਜਾਰੀ ਹੁੰਦੀ ਹੈ ਨਾ ਜੀ ਉਹ ਫਿਰ ਕਦੀ ਤਾਂ ਅੰਗਰੇਜ਼ੀ ਵਾਲੀ ਕਿਤਾਬ ਕੱਢ ਲੈਂਦਾ ਫਿਰ ਉਹ ਕਹਿੰਦਾ ਨਹੀਂ ਇਹ ਠੀਕ ਆ ਮੈਥ ਵਾਲੀ ਕੱਢ ਲਈ ਉਹ ਆਉਂਦਾ ਜਾਂਦਾ ਕੱਕ ਨਹੀਂ ਹੁਣ ਇਸ ਵੇਲੇ ਮੁੱਦੇ ਬਹੁਤ ਵੱਡੇ ਹੋ ਗਏ ਆ ਜੀ ਇਹਨਾਂ ਥੋੜਾ ਜਵਾਬ ਨਹੀਂ ਹੈਗਾ ਕਿਸੇ ਦਾ ਜਵਾਬ ਨਹੀਂ ਇਹ ਦੇ ਪਾ ਰਹੇ ਜਿਹਦੇ ਕਰਕੇ ਜਦੋਂ ਜਿਹੜੀ ਟੀਮ ਆਪਣੇ ਤੁਸੀਂ ਹਾਕੀ 'ਚ ਦੇਖਿਆ ਨਾ ਲਾਸਟ ਮਿੰਟ ਤੇ ਟਾਈਮ ਨਹੀਂ ਪਾਸ ਕਰਦੀਂਦੀ ਦੇਈ ਚਲੋ ਪਾਸ ਦੇਈ ਚਲੋ ਉਹਨੇ ਉਹਨੂੰ ਪਾਸ ਦਿੱਤਾ ਉਹਨੇ ਇਹ ਪਾਸ ਦੇ ਰਹੇ ਆ ਹੁਣ ਇਸ ਤਨੂ ਸਾਹਿਬ ਜਦੋਂ ਅਸੀਂ ਕਿਸੇ ਦੀ ਪਰਫਾਰਮੈਂਸ ਦੀ ਗੱਲ ਕਰਦੇ ਆ ਨਾ ਖਾਸ ਤੌਰ ਤੇ ਕਰਮਚਾਰੀ ਦੀ ਕਿਉਂਕਿ ਐਸ ਪਰ ਲਾ ਰੂਲ ਇੰਡੀਆ ਦੇ ਜਿਹੜਾ ਐਮ ਐਲ ਏ ਜਾਂ ਐਮ ਪੀ ਆ ਉਹ ਪਬਲਿਕ ਸਰਵੰਟ ਹੈ ਤੇ ਜਿਹੜਾ ਪਬਲਿਕ ਸਰਵੰਟ ਹੈ ਦੂਸਰੇ ਵੀ ਆਪਣੇ ਮੈਂ ਵੀ ਨੌਕਰੀ ਕੀਤੀ ਆ ਬਾਕੀ ਵੀ ਸਾਰੇ ਜਾਣਦੇ ਆ ਕਿ ਉਹਦੀ ਇੱਕ ਜਵਾਬ ਦੇਈ ਹੁੰਦੀ ਆ ਸਿੱਧੂ ਸਾਹਿਬ 2 ਸਾਲ ਗਾਇਬ ਰਹੇ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਵੀ ਨਹੀਂ ਅਟੈਂਡ ਕੀਤੇ ਮੜਾ ਮੋਟਾ ਕੀਤਾ ਭੱਜ ਗਏ ਤਨਖਾਹ ਲੈਂਦੇ ਰਹਾ ਉਹ 2 ਸਾਲਾਂ ਦਾ ਹਿਸਾਬ ਕਦੇ ਇਹਨਾਂ ਨੇ ਦਿੱਤਾ ਕਿ ਮੈਂ 2 ਸਾਲ ਤਨਖਾਹ ਲੈਂਦਾ ਰਹਾ ਪਰ ਮੈਂ ਆਪਣੇ ਹਲਕੇ ਦੇ ਕੋਈ ਕੰਮ ਕੀਤੇ ਆ ਪਰ ਸਰਕਾਰ ਦੇ ਵਿੱਚ ਕੰਮ ਕੀਤੇ ਆ ਜੋ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਈ ਉਹ ਤੁਸੀਂ ਸਾਂਭੀ ਨਹੀਂ ਹੈਗੀ ਦੂਸਰੀ ਗੱਲ ਇੱਕ ਤੇ ਉਹਦਾ ਇੱਕ ਮਲਵਿੰਦਰ ਮਾਲੀ ਹੁਣਾਂ ਨੇ ਜਿਹੜੇ ਬਿਆਨ ਦਿੱਤੇ ਉਹ ਕਹਿੰਦੇ ਮੇਰੇ ਇੰਡੀਵਿਜੂਅਲ ਭਰਿਆ ਮੇਰੀ ਐਜ਼ ਅ ਗਵਰਨਮੈਂਟ ਦੀ ਥੋੜਾ ਰਾਈ ਹੈ ਗਿਆ ਤਾਂ ਕਹਿੰਦੇ ਮੇਰੇ ਆਪਣੇ ਆ ਵੀ ਜੇ ਮੈਂ ਕਸ਼ਮੀਰ ਬਾਰੇ ਮੁੱਦਾ ਗੱਲ ਕਰ ਦਿੱਤੀ ਹੈ ਕੋਈ ਦਾ ਤਾਂ ਸਿੱਧੂ ਸਾਹਿਬ ਨੇ ਇੱਕ ਵਾਰ ਵੀ ਉਹਦਾ ਖੰਡਨ ਨਹੀਂ ਕੀਤਾ ਇਹਦਾ ਮਤਲਬ ਸਿੱਧੂ ਉਹਦਾ ਨਾਲ ਸਹਿਮਤ ਹੈ ਇਸ ਗੱਲ ਤੇ ਠੀਕ ਹੈ ਨਾ ਔਰ ਦੂਸਰੀ ਗੱਲ ਇਹ ਕਿ ਜਿਹੜੇ ਬਾਕੀ ਮੁੱਦੇ ਨੇ ਜਿੰਨੇ ਵੀ ਜਿਹਦੇ ਵਿੱਚ ਪਾਵਰ ਪਰਚੇਜ ਐਗਰੀਮੈਂਟਸ ਵਾਲੀ ਗੱਲ ਸੀ ਨਸ਼ਿਆਂ ਵਾਲੀ ਗੱਲ ਸੀ ਸਿੱਧੂ ਸਾਹਿਬ ਖੁੱਲ ਕੇ ਖੋਲ ਕੇ ਕੀ ਕਿਤੇ ਵੀ ਨਹੀਂ ਉਹਨਾਂ ਨੇ ਇਹ ਗੱਲ ਕੀਤੀ ਹੈਗੀ ਹੁਣ ਅੱਜ ਇਹ ਵੀ ਅਖਬਾਰਾਂ ਦੇ ਵਿੱਚ ਸੀ ਕਿ ਅੰਦਰ ਖਾਤੇ ਸਰਕਾਰ ਨੇ ਪ੍ਰੈਸ਼ਰ ਹੀ ਕਹਿ ਸਕਦੇ ਆ ਸਿੱਧੂ ਸਾਹਿਬ ਦਾ ਕਹਿ ਲਓ ਜਾਂ ਸਰਕਾਰ ਨੂੰ ਲੱਗਿਆ ਕਿ ਨਹੀਂ ਆਪਾਂ ਇਹ ਇਹ ਆਪਣੇ ਪਾਲੇ ਦੇ ਵਿੱਚ ਕਰ ਲਈਏ ਗੱਲ ਕਿ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟਸ ਸੀ ਉਹ ਕਹਿੰਦੇ پتہ ਲੱਗੇ ਸੀਐਮ ਨੇ ਉਹਨਾਂ ਨੂੰ ਰੱਦ ਕਰਨ ਦੀ ਤਾਂ ਪ੍ਰਵਾਨਗੀ ਦੇ ਦਿੱਤੀ ਹੈ ਪਰ ਉਹਦਾ ਮਤਲਬ ਇਹ ਨਹੀਂ ਕਿ ਉਹ ਕੱਲ ਨੂੰ ਕੰਪਨੀਆਂ ਜਿਹੜੀਆਂ ਨੇ ਉਹ ਜਨਰਲ ਲਾਉਣਗੀਆਂ ਤੇ ਘਰੇ ਚਲੇ ਜਾਣਗੀਆਂ ਉਹਦਾ ਇੱਕ ਪ੍ਰੋਸੈਸ ਹੈ ਹਾਲੇ ਉਹਨਾਂ ਨੂੰ ਨੋਟਿਸ ਦਿੱਤਾ ਹੈ ਫਿਰ ਉਹਦਾ ਜਵਾਬ ਆਊਗਾ ਫਿਰ ਉਹਦੀ ਜਵਾਬ ਤਲਬੀ ਹੋਏਗੀ ਹੋ ਸਕਦਾ ਉਹ ਉਸੇ ਸਮੇਂ ਦੌਰਾਨ ਜਿਹੜੇ ਆ ਉਹ ਕੋਰਟਾਂ 'ਚ ਚਲੇ ਜਾਣਗੇ ਤੇ ਫਿਰ ਉਹੀ ਗੱਲ ਕਿ ਲੋਕ ਵਿਚਾਰੇ ਉਸੇ ਤਰੀਕੇ ਮੂੰਹ ਚੁੱਕ ਕੇ ਵੇਂਦੇ ਰਹਿਣਗੇ ਕਿ ਕਦੋਂ ਸਾਨੂੰ ਬਿਜਲੀ ਸਸਤੀ ਮਿਲਣੀ ਸ਼ੁਰੂ ਹੋਊਗੀ ਕਦੋਂ ਨਸ਼ੇ ਬੰਦ ਹੋਣਗੇ ਕਦੋਂ ਸਾਡੀਆਂ ਸੜਕਾਂ ਬਣਣਗੀਆਂ ਕਦੋਂ ਸਾਡੇ ਬੱਚੇ ਰੋਜ਼ਗਾਰ ਤੇ ਲੱਗਣਗੇ ਬਿਲਕੁਲ ਈ ਉਹ ਰਾਦ ਇਦਾਂ ਨਹੀਂ ਹੋਣੇ ਜੀ ਔਰ ਜਦੋਂ ਚਲੇ ਗਏ ਉਹਨਾਂ ਨੂੰ ਸਟੇ ਨਾਲ ਦੀ ਨਾਲ ਮਿਲ ਜਾਣਾ ਮੈਂ ਉਹ ਪਾਵਰ ਪਰਚੇਸ ਐਗਰੀਮੈਂਟ ਸਾਰੇ ਪੜੇ ਨੇ ਮੇਰੇ ਕੋ ਉਹਦੀ ਕਾਪੀ ਜਿਹੜੀ ਉਹ ਹੈਗੀ ਹੈ ਬੜਾ ਸਾਹਿਬ ਉਹ ਇੰਨੇ ਸਖਤ ਨੇ ਉਹ ਸਰਕਾਰ ਦੇ ਅੱਲੇ ਪੱਲੇ ਹੀ ਕੱਖ ਨਹੀਂ ਉਹਨਾਂ ਦੇ ਵਿੱਚ ਸਿਰਫ 2/3 ਮੈਜੋਰਟੀ ਦੇ ਨਾਲ ਜੇ ਵਿਧਾਨ ਸਭਾ ਦਾ ਹੁਣ ਸੈਸ਼ਨ ਆ ਰਿਹਾ ਜੀ ਜੇ ਇਹ ਸੰਸੀਰ ਨੇ ਉਹਦੇ ਤੇ ਉਹਦੇ ਚ ਰੱਦ ਕਰਨ ਉਹ ਕਿਉਂਕਿ ਜਦੋਂ ਇਹ ਅਦਾਲਤ ਦੇ ਵਿੱਚ ਜਾਣਗੀਆਂ ਫਿਰ ਕੰਪਨੀਆਂ ਉੱਥੇ 2/3 ਮੈਜੋਰਟੀ ਵਾਲਾ ਜਿਹੜਾ ਇਹਨਾਂ ਦੇ ਵਾਸਤੇ ਹੋ ਸਕਦਾ ਅਦਰਵਾਇਸ ਉਹਨਾਂ ਦੀ ਜਿਹੜੀਆਂ 2-3 ਗੱਲਾਂ ਤੇ ਉਹਨਾਂ ਨੇ ਪਲੀ ਲੈਣੀ ਆ ਇੱਕ ਤਾਂ ਜਿਹੜੇ ਉਹ ਐਗਰੀਮੈਂਟ ਨੇ ਉਹ ਸੈਕੰਡ ਇਹ ਕਿ ਜੀ ਸਾਢੇ 4 ਸਾਲ ਤੱਕ ਇਹਨਾਂ ਨੇ ਕੁਝ ਕੀਤਾ ਨਹੀਂ ਜੇ ਸਰਕਾਰ ਆਈ ਸੀ ਜਾਂ ਤਾਂ ਉਦੋਂ ਤੋਂ ਉਹ ਕੁਝ ਨਾ ਕੁਝ ਕਰਨਾ ਸ਼ੁਰੂ ਕਰਦੀ ਉਹ ਇੱਕ ਰਿਕਾਰਡ ਸੈੱਟ ਹੁੰਦਾ ਉਹ ਜਿਹੜਾ ਅਦਾਲਤ ਦੇ ਵਿੱਚ ਲੱਗਦਾ ਅਦਾਲਤ ਦਾ ਮਾਮਲਾ ਜਾਣਾ ਹੀ ਜਾਣਾ ਇਹ ਔਰ ਸਟੇ ਮਿਲ ਜਾਣਾ ਉਹਨਾਂ ਕੰਪਨੀਆਂ ਨੂੰ ਜੀ ਜੀ ਕਿਉਂਕਿ ਉਹ ਮੈਂ ਫੇਰ ਕਹੂੰਗਾ ਜੀ ਕੋਈ ਇੰਨੀ ਭਾਸ਼ਾ ਇਸ ਤਰ੍ਹਾਂ ਦੀ ਉਹਨਾਂ ਦੇ ਵਿੱਚ ਜਿਹੜੇ ਕਲੋਜ਼ ਜਿੰਨੇ ਲਿਖੇ ਹੋਏ ਨੇ ਕਲੋਜ਼ 90% ਕਲੋਜ਼ ਜਿਹੜੇ ਨੇ ਕੰਪਨੀਆਂ ਦੇ ਨੇ ਸਿਰਫ 10% ਜਿਹੜੇ ਉਹ ਸਰਕਾਰ ਦੇ ਨੇ ਉਹਦੇ ਵਿੱਚ ਵੀ ਅੱਲੇ-ਪੱਲੇ ਹੀ ਕੱਖ ਨਹੀਂ ਹੈਗਾ ਇਹੋ ਜਿਹੇ ਬੰਨਿਆ ਹੋਇਆ ਪੰਜਾਬੀਆਂ ਨੂੰ ਉਹਨਾਂ ਜਿਹੜੇ ਉਹ ਸਮਝੌਤੇ ਹਾਂ ਦੇ ਵਿੱਚ ਇਹ ਮਹਿਜ਼ ਟਾਈਮ ਪਾਸ ਹੈ ਜੀ ਔਰ ਦੂਸਰੀ ਗੱਲ ਉਦੋਂ ਪੰਜਾਬ ਰਾਜ ਬਿਜਲੀ ਬੋਰਡ ਹੁੰਦਾ ਸੀਗਾ ਉਹ ਇੱਕ ਧਿਰ ਸੀ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਉਹਨਾਂ ਨੇ ਇਹ ਸਮਝੌਤੇ ਸਾਈਨ ਕੀਤੇ ਪਰ ਉਹ ਸਾਈਨ ਹੋਣ ਤੋਂ ਬਾਅਦ ਮੰਤਰੀ ਮੰਡਲ ਕੋਲੇ ਆਏ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਸੀਗੀ ਉਹਨੇ ਉਹਦੇ ਉੱਤੇ ਸਹੀ ਪਾਈ ਇਹ ਮੰਤਰੀ ਮੰਡਲ ਪਾਸ ਕਰਕੇ ਪੀਐਸਪੀਸੀਲ ਨੂੰ ਭੇਜੇ ਟੈਕਨੀਕਲੀ ਜੀ ਮੁੱਖ ਮੰਤਰੀ ਹੁਰੀ ਇਕੱਲੇ ਨਹੀਂ ਭੇਜ ਸਕਦੇ ਕਿਉਂਕਿ ਉਹ ਪ੍ਰਕਿਰਿਆ ਹੈ ਇੱਕ ਆਹ ਕੋਈ ਨਾ ਕੋਈ ਲਕੂਨਾ ਦੇ ਵਿੱਚੋਂ ਲੱਭ ਲੈਣਾ ਸਾਨੂੰ ਲੱਭਣਾ ਪਊਗਾ ਉਹਨਾਂ ਨੇ ਲੱਭ ਲੈਣਾ ਇਹ ਲੱਭਣਾ ਉਹਨਾਂ ਨੇ ਔਰ ਸੈਕੰਡ ਜਿਹੜਾ ਜਿੰਨੀ ਦੇਰ ਤੱਕ 2/3 ਮੈਜੋਰਟੀ ਦੇ ਨਾਲ ਵਿਰੋਧੀ ਧਿਰ ਕੋਈ ਵੀ ਨਾ ਨਹੀਂ ਕਰਨ ਲੱਗੀ ਹੁਣ ਆ ਜਿਹੜਾ ਸੈਸ਼ਨ ਆ ਰਿਹਾ ਜਾਂ ਤਾਂ ਲੈ ਕੇ ਆਉਣ ਉਹਦੇ ਵਿੱਚ ਕਿ ਅਸੀਂ ਰੱਦ ਕਰਦੇ ਆ ਫਿਰ ਉਹ ਇੱਕ ਜਰੀਆ ਬਣ ਸਕਦਾ ਜੀ ਨਹੀਂ ਉਹਦੇ ਨਾਲ ਰੱਦ ਨਹੀਂ ਹੋਣੇ ਇਹ ਵੀ ਗੱਲ ਆ ਜਾਂ ਜਿਹੜਾ ਦੂਜਾ ਜੋ ਦਿੱਲੀ ਦੀ ਸਰਕਾਰ ਨੇ ਕੀਤਾ ਸੀਗਾ ਕੰਪਨੀਆਂ ਸਾਹਮਣੇ ਬਿਠਾ ਲਓ ਬਿਠਾ ਕੇ ਔਰ ਉਹਨਾਂ ਨੂੰ ਮਾਰੋ ਦਮਕਾ ਰਿਵਿਊ ਕੀਤਾ ਉਹਨਾਂ ਨੇ ਰਿਵਿਊ ਕਰੋ ਜੀ ਕਿ ਦੱਸੋ ਤੁਸੀਂ ਜਿਹੜੇ ਪੈਸੇ ਲੱਗੇ ਸੀ ਉਹ ਕਿੱਥੋਂ ਆਏ ਸੀ ਤੁਹਾਡੇ ਕੰਪਨੀਆਂ ਜਿਹੜੀਆਂ ਹੋ ਸਕਦੀਆਂ ਉਹ ਕਹਿਣ ਵੀ ਅਸੀਂ ਦੁਬਾਰਾ ਸਾਈਨ ਕਰ ਲੈਂਦੇ ਸੋ ਇੱਕ ਦੋ ਕੁ ਵਿਸ਼ੇ ਹੋਰ ਨੇ ਅਸੀਂ ਸਾਡੇ ਕੋਲ ਸਮਾਂ ਹੈਗਾ ਹਾਲੇ ਉਹਦੇ ਵਿੱਚ ਇਹ ਹੈ ਕਿ ਸਾਰੀਆਂ ਪਾਰਟੀਆਂ ਬਹੁਤ ਫੁੱਲ ਐਕਟਿਵ ਹੋ ਚੁੱਕੀਆਂ ਨੇ 22 ਦੇ ਲਈ ਤੇ ਰੋਜ਼ ਦਿਹਾੜੇ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਵੀ ਇਹਨੇ ਪਰਿਵਾਰ ਅਕਾਲੀ ਦਲ ਸ਼ਾਮਿਲ ਹੋ ਗਏ ਇਹਨੇ ਅਕਾਲੀ ਛੱਡ ਕੇ ਆਮ ਆਦਮੀ ਪਾਰਟੀ 'ਚ ਹੋ ਗਏ ਅਰਾਮ ਆਦਮੀ ਪਾਰਟੀ ਜਿਹੜੀ ਹਾਲੇ ਤੱਕ ਫਾੜੀ ਰਹਿ ਰਹੀ ਹੈ ਉਹਦੀ ਕੋਸ਼ਿਸ਼ ਹੈ ਕਿ ਦੂਸਰੀਆਂ ਤਰ੍ਹਾਂ ਚੋਂ ਕੁਝ ਨਾ ਕੁਝ ਕੱਢ ਲਈਏ ਉਹਨਾਂ ਨੇ ਹੁਣ ਸੇਵਾ ਸਿੰਘ ਸੇਖਵਾ ਉਹਨਾਂ ਨੂੰ ਜਿਹੜਾ ਉਹ ਆਪਣੇ ਚ ਸ਼ਾਮਲ ਕੀਤਾ ਗੁਰਦਾਸਪੁਰ ਵਿੱਚ ਜਾ ਕੇ ਉਹਨਾਂ ਦੇ ਕੇਜਰੀਵਾਲ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬੜੇ ਲੋਕ ਆਉਣਗੇ ਤੇ ਉਸ ਪਾਰਟੀ ਨੇ ਇੱਕ ਵੱਡੇ ਨਾਮ ਦੀ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਸ਼ਾਇਦ ਉਹ ਸੀਐਮ ਚਿਹਰਾ ਬਣਾਉਣਗੇ ਪਰ ਉਹਦਾ ਕੋਈ ਬਹੁਤਾ ਸਾਡੇ ਸਾਹਮਣੇ ਨਹੀਂ ਆ ਸਕਿਆ ਪਰ ਪੰਨੂ ਸਾਹਿਬ ਇਹ ਜਿਹੜੇ ਲੋਕ ਪਾਰਟੀਆਂ ਛੱਡ ਛੱਡ ਕੇ ਹੁਣ ਜਾਣ ਰਹੇ ਮਤਲਬ ਕਈ ਜਾਂਦਾ ਤਾਂ ਸਾਲ ਦਾ ਰਿਕਾਰਡ ਹੈ ਨਾ ਵੀ ਇੱਕ ਸਾਲ ਚ ਤਿੰਨ ਤਿੰਨ ਪਾਰਟੀਆਂ ਜਿਹੜੀਆਂ ਨੇ ਉਹ ਬਦਲ ਲੈਂਦੇ ਆ ਇਹ ਲੋਕਾਂ ਨੂੰ ਕੀ ਦੇਣਗੇ ਤੇ ਲੋਕਾਂ ਨੂੰ ਇਥੇ ਸੁਚੇਤ ਹੋਣ ਦੀ ਹੁਣ ਕੀ ਲੋੜ ਹੈਗੀ ਆ ਕਿਉਂਕਿ ਪਾਰਟੀਆਂ ਸਾਰਿਆਂ ਦੀ ਕੋਸ਼ਿਸ਼ ਹੈ ਵੀ ਕਿਦੋਂ ਧਰਮ ਦੇ ਨਾਂ ਦੇ ਉੱਤੇ ਵੋਟਾਂ ਜੁੜਦੀਆਂ ਨੇ ਤੇ ਉਹਨਾਂ ਦਾ ਲੀਡਰ ਸਾਡੇ ਨਾਲ ਜੋੜ ਲਓ ਜੇ ਜਾਤ ਦੇ ਨਾਂ ਤੇ ਜੁੜਦੀ ਆ ਤੇ ਜਾਤ ਵਾਲਾ ਕੋਈ ਉਧਰੋਂ ਲੀਡਰ ਆਪਣੇ ਵਿੱਚ ਕਸਕਾ ਲਓ ਕੋਸ਼ਿਸ਼ ਇਹਨਾਂ ਦੀ ਸਾਰਿਆਂ ਦੀ ਇਹੀ ਲੱਗੀ ਹੋਈ ਆ ਪਰ ਇਹ ਆ ਕਿ ਉਹ ਕਹਿੰਦੇ ਆ ਨਾ ਕਿ ਜਦੋਂ ਸੰੜਿਆਂ ਦਾ ਪੇੜ ਹੁੰਦਾ ਉਹ ਘਾ ਹੀ ਮਰਦਾ ਜਿਹੜਾ ਥੱਲੇ ਜਿਹੜਾ ਹੈ ਨਾ ਉਹਦਾ ਹੀ ਨੁਕਸਾਨ ਹੁੰਦਾ ਹੈ ਵਿਚਾਰੇ ਲੋਕੀ ਨੁਕਸਾਨ ਤੇ ਸਾਡੇ ਹੀ ਹੋਣਾ ਸਾਰਿਆਂ ਦਾ ਹਮ ਇੱਕ ਉਹ ਟਿੱਪਣੀ ਸੀਗੀ ਵੀ ਜਿਹੜਾ ਮਾਨਸਾ ਵਾਲਾ ਕਬਾੜੀਆ ਵੀ ਨਾਰਾਜ਼ ਹੋ ਗਿਆ ਵੀ ਕਬਾੜ ਮੇਰੇ ਕੋਲ ਤਾਂ ਆਉਂਦਾ ਨਹੀਂਗਾ। ਤੋਂ ਜਿਹੜਾ ਨਾ ਸੋਸ਼ਲ ਮੀਡੀਆ ਦੇ ਤੇ ਬੜੀ ਤੁਸੀਂ ਦੇਖਿਆ ਹਣਾ ਉਹਨਾਂ ਨੇ ਸੇਖਵਾ ਸਾਹਿਬ ਨੇ ਕਿੰਨੀਆਂ ਪਾਰਟੀਆਂ ਬਦਲੀਆਂ ਚੀ। ਉਹ ਅਕਾਲੀ ਦਲ ਬਾਦਲ ਛੱਡ ਕੇ ਉਹਨਾਂ ਨੇ ਟਕਸਾਲੀ ਬਣਾ ਲਿਆ ਬਰਨਪੁਰਾ ਸਾਹਿਬ ਦੇ ਨਾਲ। ਫਿਰ ਉਹ ਨਹੀਂ ਉਹ ਪਹਿਲਾਂ ਡੱਡਾ ਸੀਗਾ ਨਾ ਡੈਮੋਕ੍ਰੈਟਿਕ ਸੀਗਾ। ਤੋਂ ਉਧਰੋਂ ਆ ਕੇ ਫਿਰ ਉਹ ਸੰਯੁਕਤ ਬਣ ਗਿਆ। ਉਧਰੋਂ ਗਏ ਨਹੀਂ ਮੀਟਿੰਗ 'ਚ ਕਹਿੰਦੇ ਬਿਮਾਰ ਨੇ। ਤੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਮੈਂ ਬਿਮਾਰ ਦਾ ਪਤਾ ਲੈਣ ਗਿਆ ਤੇ ਥੱਲੇ ਕਿਸੇ ਨੇ ਕਮਾਲ ਦੀ ਟਿੱਪਣੀ ਕੀਤੀ ਵੀ ਲੰਗਾਰ ਸਾਹਿਬ ਵੀ ਢਿੱਲੇ ਮੱਠੇ ਰਹਿੰਦੇ ਉਧਰ ਵੀ ਉਹ ਕਾਂ ਜਾ ਕੇ ਥੋੜਾ ਜਿਹਾ ਠੀਕ ਹੈ ਨਾ ਵੀ ਕੋਕ ਲੱਗੇ ਤਾਂ ਹੈਗੇ ਉਹ ਕੱਥਾ ਕਰ ਮਾਜੇ ਦੇ ਜਰਨਲ ਉਹ ਵੀ ਇੱਕ ਹੈਗੇ ਅਜੇ ਉੱਥੇ ਵੀ ਜਾਓ ਤਾਂ ਜਿਹੜਾ ਉਹ ਠੀਕ ਹੈ ਇਹ ਇਹ ਜਿਹੜਾ ਤਜਰਬਾ ਜੇ ਤੁਸੀਂ ਦੇਖਿਆ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਡਾ ਪੱਛਮੀ ਬੰਗਾਲ ਚ ਕੀਤਾ ਜੀ ਉਹਦੇ ਲੈ ਲੈ ਕੇ ਬੰਦੇ ਸੁਪਰ ਫਲॉप ਹੋਏ ਉਹ ਗੱਲ ਇਹ ਆ ਕਿ ਤੁਸੀਂ ਆਏ ਤਾਂ ਉਹ ਇੱਥੇ ਰਾਜਨੀਤੀ ਬਦਲਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰਾਜਨੀਤੀ ਬਦਲ ਕੇ ਦਿਖਾਵਾਂਗੇ ਅਸੀਂ ਨਵੀਂ ਕਿਸਮ ਦੀ ਰਾਜਨੀਤੀ ਕਰਨੀ ਹੈ ਲੈ ਲੈ ਕੇ ਪੁਰਾਣੇ ਡੱਬੇ ਜਿਹੜੇ ਉਹੀ ਇੰਜਣ ਉਹੀ ਡੱਬੇ ਤੁਹਾਡੇ ਕੋਲੇ ਉਹ ਲਾ ਕੇ ਤੁਸੀਂ ਕਿਵੇਂ ਜਿਹੜਾ ਦੀ ਉਹ ਕਰਦੇ ਹੋ ਕਿਵੇਂ ਸਮਝ ਨਹੀਂ ਪੈ ਰਹੀ ਹਾਲਾਂਕਿ ਅੱਜ ਵੀ ਦੇਖ ਇੱਕ ਹੀ ਕਰਦੇ ਆ ਤੁਸੀਂ ਦੇਖੋ ਇਹਨਾਂ ਦੇ ਆਈਟੀ ਵਿੰਗ ਨੇ ਆਪਣਾ ਜਲੂਸ ਕਿਵੇਂ ਕੱਢਿਆ ਪਿਆ ਇੱਕ ਦਿਨ ਉਹ ਪੋਸਟਰ ਬਣਾ ਕੇ ਲਾਉਂਦੇ ਆਹ ਬੰਦਾ ਹੋ ਸਕਦਾ ਆਮ ਆਦਮੀ ਪਾਰਟੀ ਦਾ ਭੁਖਮંત્રી ਦਾ ਚਿਹਰਾ ਸ਼ਾਮ ਨੂੰ ਉਹ ਡਿਨਾਈ ਕਰ ਦਿੰਦਾ ਅਗਲੇ ਦਿਨ ਇੱਕ ਨਵਾਂ ਪੋਸਟਰ ਬਣ ਜਾਂਦਾ ਉਹ ਰਾਜੇਵਾਲ ਸਾਹਿਬ ਦਾ ਵੀ ਬਣਿਆ ਉਹ ਸੀਚੇਵਾਲ ਸਾਹਿਬ ਦਾ ਵੀ ਉਹ ਬਣਿਆ ਉਹ ਪ੍ਰਕਾਸ਼ ਸਿੰਘ ਬਾਦਲਹਰਾਂ ਦੇ ਜੋਾਈ ਨੇ ਉਹਨਾਂ ਦਾ ਵੀ ਬਣਿਆ ਉਹਦੀ ਵੀ ਗੱਲਬਾਤ ਦੱਸਦੇ ਚੱਲੀ ਜਾਂਦੀ ਹੈ ਅਜੇ ਵੀ ਜਿਹੜੀ ਉਹ ਦਿੱਲੀ ਦੇ ਵਿੱਚ ਉਹ ਪੋਸਟਰ ਬਣਾ ਬਣਾ ਕੇ ਪਾਉਂਦੇ ਆ ਉਹ ਸ਼ਾਮ ਨੂੰ ਉਹ ਜਿਹੜਾ ਜੀ ਕਰਦਾ ਨਹੀਂ ਨੇ ਮੈਂ ਨਹੀਂ ਜਿਹੜਾ ਉਹ ਹੈਗਾ ਕਿਆ ਜਿਹੜਾ ਦੀ ਉਹ ਦਲੂਸ ਨਿਕਲ ਰਿਹਾ ਤੁਹਾਡੇ ਕੋਲੇ ਤੁਸੀਂ 14 ਦੇ ਵਿੱਚ ਆਏ ਸੀ ਇੱਥੇ ਚਲੋ 14 ਵਿੱਚ ਤੁਹਾਡੇ ਕੋਲੇ ਢਾਂਚਾ ਨਹੀਂ ਸੀਗਾ 15 ਵਿੱਚ ਤਾਂ ਢਾਂਚਾ ਬਣ ਗਿਆ ਸੀ 6 ਸਾਲ ਹੋ ਗਏ ਤੁਸੀਂ 6 ਸਾਲਾਂ ਦੇ ਦੌਰਾਨ ਲੀਡਰਸ਼ਿਪ ਜੰਮਣ ਨਹੀਂ ਦਿੱਤੀ ਪਰ ਹੁਣ ਹਤਿਆ ਕੀਤੀ ਉਹਦੀ 17 ਚ ਸਭ ਤੋਂ ਵੱਡੀ ਇਹਨਾਂ ਨੇ ਭ੍ਰੂਣ ਹਤਿਆ ਜਿਹੜੀ ਸੀ ਉਹ ਵਲੰਟੀਅਰ ਦੇ ਰੂਪ ਦੇ ਵਿੱਚ ਕੀਤੀ ਜੀ ਜਿਹੜੇ ਨੌਜਵਾਨ ਪੜੇ ਲਿਖੇ ਨੌਜਵਾਨ ਜਿਹੜੇ ਸੀਗੇ ਉਹ ਇਸ ਪਾਰਟੀ ਦੇ ਵਿੱਚ ਆਏ ਬਦਲਾਅ ਉਹ ਦੇ ਵਾਸਤੇ ਚੁਣ ਚੁਣ ਕੇ ਉਹਨਾਂ ਨੂੰ ਇਹਨਾਂ ਨੇ ਸਾਈਡ ਲਾਈਨ ਜਿਹੜਾ ਦੀ ਉਹ ਕੀਤਾ ਔਰ ਉੱਥੇ ਲਿਆ ਕੇ ਉਹੀ ਕਬਾੜ ਜਿਹੜਾ ਸੀ ਦੂਜੀਆਂ ਪਾਰਟੀਆਂ ਦਾ ਉੱਤੇ ਫਿੱਟ ਕਰਦੇ ਰਹੇ ਹੁਣ ਵੀ ਇਹੀ ਹੋ ਰਿਹਾ ਜੀ ਹੁਣ ਵੀ ਇਹੀ ਹੋਗਾ ਹਰਜੰਤ ਸਿੰਘ ਵਰਸਟੂੜੀ ਆਪਣੇ ਨਾਂ ਦੇ ਜਿਹੜੀ ਕੱਢੀ ਆ ਆ ਵੀ ਆਊਟ ਆ ਵੀ ਉਹ ਸਾਰੇ ਨੌਜਵਾਨ ਨੇ ਉਹ ਸਾਰੇ ਬਦਲਾਅ ਦੇ ਵਾਸਤੇ ਆਏ ਨੇ ਮਤਲਬ ਕਿ ਐਸ ਵੜੇ ਹਾਲਾਤੇ ਬਣੇ ਜਾਂ ਤਾਂ ਇਹ ਸਰਕਾਰ ਬਣਾਉਣਾ ਹੀ ਨਹੀਂ ਚਾਹੁੰਦੇ ਜਾਂ ਫਿਰ ਉਹੀ ਕਬਾੜ ਜਿਹੜਾ ਦੀ ਉਹ ਇਕੱਠਾ ਕਰਕੇ ਉਹਦੇ ਨਾਲ ਉਹ ਸਰਕਾਰ ਬਣਾਉਣੀ ਚਾਹੁੰਦੇ ਆ ਜਿਹੜੇ ਲੋਕ ਸਾਬਤ ਹੋ ਚੁੱਕੇ ਆ ਕਿ ਉਹਨਾਂ ਨੇ ਕ੍ਰਪਸ਼ਨ ਜਿਹੜੀ ਉਹ ਕੀਤੀ ਵੀ ਹੈ ਜੀ ਸੋ ਸਾਡਾ ਵੇਲਾ ਹੋ ਰਿਹਾ ਹੈ ਮੁੱਦੇ ਤੇ ਹੋਰ ਵੀ ਬਹੁਤ ਨੇ ਜਿੰਨਾ ਤੇ ਗੱਲ ਹੋ ਸਕਦੀ ਹੈ ਅਗਲੇ ਹਫਤੇ ਫੇਰ ਕੁਝ ਨਵੇਂ ਮੁੱਦੇ ਆਉਣਗੇ ਤੁਹਾਡੇ ਕੋਲੇ ਲੈ ਕੇ حاضر ਹੋਵਾਂਗੇ ਪਰ ਇਹ ਆ ਕਿ ਸੁਚੇਤ ਹੋਣ ਦੀ ਲੋੜ ਹੈ ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰਦੇ ਆਂ ਸਾਡਾ ਮਕਸਦ ਇਹ ਆ ਕਿ ਲੋਕਾਂ ਤੱਕ ਸਹੀ ਜਾਣਕਾਰੀ ਤੇ ਪਰਚੋਲ ਕਰ ਸਕੀਏ ਫਰੋਲ ਕੇ ਦਿਖਾ ਸਕੀਏ ਕਿ ਕਿੱਥੇ ਕੀ ਪਿਆ ਆ ਜਿਵੇਂ ਪੰਨੂ ਸਾਹਿਬ ਨੇ ਗੱਲ ਕਹਿ ਦਿੱਤੀ ਆ ਕਿ ਸਾਨੂੰ ਲੜਣਾ ਪਏਗਾ ਕਿ ਅਸਲੀ 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 ਮਾਲ ਜਿਹੜਾ ਉਹ ਕਿੱਥੇ ਆ ਤੇ ਸਾਰਾ ਕੁਝ ਕਬਾੜ ਨਹੀਂ ਅਸੀਂ ਜਿਹੜਾ ਉਹ ਲੈ ਆਉਣਾ ਨਵੀਆਂ ਚੈਲੰਜ ਤੁਹਾਡੇ ਵਾਸਤੇ ਨੇ 2022 ਦੇ ਹਲੇ ਸਮਾਂ ਹੈਗਾ ਤਿਆਰ ਹੋਣਾ ਲੋਕਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸੋ ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਿਸਥਾਰ ਵਿੱਚ ਗੱਲਾਂ ਕੀਤੀਆਂ ਸੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ